ਆਓ ਜੀ, ਅੱਜ ਤੁਹਾਨੂੰ ਲੈ ਕੇ ਚੱਲਦੇ ਹਾਂ ਸ਼ਹੀਦ ਭਗਤ ਸਿੰਘ ਨਗਰ ਦੀ ਤਹਿਸੀਲ ਬੰਗਾ, ਜਿੱਥੇ ਆਮ ਆਦਮੀ ਪਾਰਟੀ ਦੇ MLA ਡਾਕਟਰ ਸੁਖਵਿੰਦਰ ਸਿੰਘ ਸੁੱਖੀ ਦੇ ਦਫ਼ਤਰ ਮੂਹਰੇ ਪੁਰਾਣੀ ਪੈਨਸ਼ਨ ਬਹਾਲੀ ਲਈ ਮੁਲਾਜ਼ਮਾਂ ਵੱਲੋਂ ਰਲ ਮਿਲ ਕੇ ਧਰਨਾ ਮਾਰਿਆ ਗਿਆ ਅਤੇ ਮੰਗ ਪੱਤਰ ਦੇਣ ਦੇ ਲਈ ਉਹਨਾਂ ਦੇ ਦਫ਼ਤਰ ਦਾ ਘਿਰਾਓ ਕੀਤਾ ਗਿਆ। ਅਲੱਗ ਅਲੱਗ ਬੁਲਾਰਿਆਂ ਨੇ ਸਰਕਾਰ ਵੱਲੋਂ ਕੀਤੇ ਹੋਏ ਵਾਅਦਿਆਂ ਨੂੰ ਯਾਦ ਕਰਾਉਂਦਿਆਂ ਡਾਕਟਰ ਸੁੱਖੀ ਨੂੰ ਇਹ ਦੱਸਿਆ ਕਿ ਤੁਸੀਂ ਪਹਿਲਾਂ ਓਪੋਜੀਸ਼ਨ ਪਾਰਟੀ ਵਿੱਚ ਹੋਣ ਕਰਕੇ ਇਸ ਮੰਗ ਨੂੰ ਉਠਾਇਆ ਸੀ, ਅੱਜ ਤੁਸੀਂ ਆਮ ਆਦਮੀ ਪਾਰਟੀ ਦੀ ਸਰਕਾਰ ਵਿੱਚ ਹੋ ਅਤੇ ਸਾਡੀ ਮੰਗ ਨੂੰ ਸਰਕਾਰ ਤੱਕ ਲੈ ਕੇ ਜਾਣਾ ਤੁਹਾਡਾ ਫਰਜ਼ ਬਣਦਾ ਹੈ। ਬਹੁਤ ਸਾਰੇ ਬੁਲਾਰਿਆਂ ਨੇ ਆਪਣੇ ਆਪਣੇ ਦੁਖੜੇ ਦੱਸ ਕੇ ਪੁਰਾਣੀ ਪੈਨਸ਼ਨ ਬਹਾਲੀ ਦੇ ਲਈ ਸਰਕਾਰ ਨੂੰ ਗੁਹਾਰ ਲਾਈ ਕਿ ਸਾਡੇ ਬੁਢਾਪੇ ਦਾ ਸਹਾਰਾ ਪੁਰਾਣੀ ਪੈਨਸ਼ਨ ਲਾਗੂ ਕੀਤੀ ਜਾਵੇ। ਨਵੀਂ ਪੈਨਸ਼ਨ ਸਕੀਮ ਅਤੇ UPS ਸਕੀਮ ਜੋ ਸੈਂਟਰ ਸਰਕਾਰ ਵੱਲੋਂ ਲਾਗੂ ਕਰਨ ਦਾ ਵਾਅਦਾ ਕੀਤਾ ਗਿਆ ਹੈ, ਉਸ ਦੇ ਖਿਲਾਫ਼ ਵੀ ਮੁਲਾਜ਼ਮਾਂ ਨੇ ਰੱਜ ਕੇ ਰੋਸ ਮੁਜ਼ਾਹਰਾ ਕੀਤਾ ਅਤੇ ਦੋਨਾਂ ਪੈਨਸ਼ਨਾਂ ਨੂੰ ਨਾ ਮਨਜ਼ੂਰ ਕਰਦੇ ਹੋਏ ਸਿਰਫ ਪੁਰਾਣੀ ਅਤੇ ਪੁਰਾਣੀ ਪੈਨਸ਼ਨ ਨੂੰ ਲਾਗੂ ਕਰਵਾਉਣ ਦੇ ਲਈ ਆਪਣੇ ਆਪਣੇ ਵਿਚਾਰ ਸਾਂਝੇ ਕੀਤੇ। ਬਹੁਤ ਸਾਰੀਆਂ ਭੈਣਾਂ ਅਤੇ ਵੀਰ ਇਸ ਧਰਨੇ ਵਿੱਚ ਸ਼ਾਮਿਲ ਹੋਏ ਅਤੇ ਆਪਣੀ ਮੰਗ ਨੂੰ ਰੱਖਣ ਦੇ ਲਈ ਡਾਕਟਰ ਸੁੱਖੀ ਦੇ ਦਰਬਾਰ ਤੱਕ ਪਹੁੰਚੇ ਅਤੇ ਉਹਨਾਂ ਨੂੰ ਗੁਹਾਰ ਲਗਾਈ ਕਿ ਸਾਡੀ ਮੰਗ ਨੂੰ ਅਸੈਂਬਲੀ ਵਿੱਚ ਪੇਸ਼ ਕੀਤਾ ਜਾਵੇ ਅਤੇ ਜਲਦੀ ਤੋਂ ਜਲਦੀ ਪੁਰਾਣੀ ਪੈਨਸ਼ਨ ਬਹਾਲੀ ਦੇ ਲਈ ਵਾਅਦਾ ਜੋ ਕੀਤਾ ਹੈ ਉਹ ਲਾਗੂ ਕੀਤਾ ਜਾਵੇ। ਸੋ ਆਓ ਲੈ ਚੱਲਦੇ ਹਾਂ ਤੁਹਾਨੂੰ ਬੰਗਾ ਸ਼ਹਿਰ, ਜਿੱਥੇ ਡਾਕਟਰ ਸੁੱਖੀ ਦੇ ਦਫ਼ਤਰ ਮੂਹਰੇ ਅਲੱਗ ਅਲੱਗ ਮੁਲਾਜ਼ਮ ਜਥੇਬੰਦੀਆਂ ਨੇ ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਾਉਣ ਦੇ ਲਈ ਇੱਕ ਵਿਸ਼ਾਲ ਧਰਨਾ ਦਿੱਤਾ ਅਤੇ ਡਾਕਟਰ ਸੁੱਖੀ ਨੂੰ ਆਪਣਾ ਮੰਗ ਪੱਤਰ ਦਿੱਤਾ ਅਤੇ ਡਾਕਟਰ ਸੁੱਖੀ ਕੀ ਬੋਲੇ ਅਤੇ ਹੋਰ ਸਾਰੇ ਬੁਲਾਰੇ ਕੀ ਬੋਲੇ ਤੁਹਾਨੂੰ ਸੁਣਾਉਂਦੇ ਹਾਂ। ਇਸ ਧਰਨੇ ਦੀਆਂ ਸਾਰੀਆਂ ਉਹ ਗੱਲਾਂ ਬਾਤਾਂ ਅਤੇ ਦਿਖਾਲਦੇ ਹਾਂ ਉਹ ਸਾਰੀਆਂ ਵੀਡੀਓ। ਆਓ ਚੱਲਦੇ ਹਾਂ ਬੰਗਾ ਸ਼ਹਿਰ ਸ਼ਹੀਦ ਭਗਤ ਸਿੰਘ ਨਗਰ। ਤੁਹਾਨੂੰ ਦੱਸ ਦਈਏ ਕਿ ਇਹ ਵਿਸ਼ਾਲ ਰੋਸ ਪ੍ਰਦਰਸ਼ਨ ਗੁਰਦਿਆਲ ਮਾਨ ਜ਼ਿਲ੍ਹਾ ਕਨਵੀਨਰ ਦੀ ਅਗਵਾਈ ਹੇਠ ਕੀਤਾ ਗਿਆ। ਆਓ ਚੱਲਦੇ ਹਾਂ ਬੰਗਾ। ਰੱਦ ਕਰੋ।
ਪੰਜਾਬ ਸਰਕਾਰ ਮੁਰਦਾਬਾਦ ਐਨ ਪੀ ਐਸ ਰੱਦ ਕਰੋ ਰੱਦ ਕਰੋ ਰੱਦ ਕਰੋ ਇਹ ਸੰਘਰਸ਼ ਜਿਹੜਾ ਹੈ ਨਾ ਇਹ ਇਕੱਲਾ ਜਿਹੜੇ ਸਾਡੇ ਜਿਹੜੇ ਲੀਡਰ ਹੈਗੇ ਆ ਜਾਂ ਜਿਹੜੇ ਸਾਡੇ ਜ਼ਿਲ੍ਹੇ ਦੇ ਪ੍ਰਬੰਧਕ ਹੈਗੇ ਆ ਉਹਨਾਂ ਨੇ ਇਕੱਲਿਆਂ ਨੇ ਨਹੀਂ ਲੜਨਾ। ਆਪਾਂ ਹੁਣੇ ਕੱਲ੍ਹ ਸ਼ਹੀਦਿਆਂ ਸਰਦਾਰ ਭਗਤ ਸਿੰਘ ਹੋਣਾ ਜਨਮ ਦਿਨ ਮਨਾ ਕੇ ਹਟੇ ਹਾਂ। ਆਪਾਂ ਸੋਚੀਏ ਜੇ ਉਹਨਾਂ ਨੇ ਇਕੱਲਿਆਂ ਨੇ ਕੀ ਇਕੱਲਿਆਂ ਨੇ ਆਜ਼ਾਦੀ ਲੈ ਲਈ? ਉਹਨਾਂ ਨੇ ਵੀ ਜਿਹੜਾ ਲੋਕਾਂ ਨੂੰ ਆਮ ਜਨਤਾ ਵਿੱਚ ਆਪਣੀ ਗੱਲ ਰੱਖੀ, ਉਹਨਾਂ ਨੂੰ ਆਪਣੇ ਨਾਲ ਜੋੜਿਆ, ਇਹ ਇੱਕ ਬਹੁਤ ਵੱਡੀ ਲਹਿਰ ਬਣੀ ਤਾਂ ਜਾ ਕੇ ਜਿਹੜੀ ਆਜ਼ਾਦੀ ਪ੍ਰਾਪਤ ਕਰ ਸਕੇ ਅਸੀਂ। ਹੁਣ ਵੀ ਸਾਡੇ ਅੰਦਰ ਜਾਗਰਤੀ ਕਦੋਂ ਆਊਗੀ? ਮੈਂ ਧੰਨਵਾਦੀ ਹਾਂ ਸਾਡੇ ਮੇਰੇ ਸਾਥੀ ਜਿਨ੍ਹਾਂ ਨੂੰ ਫੋਨ ਕੀਤੇ, ਉਹਨਾਂ ਵਿੱਚੋਂ ਸਾਥੀ ਆਏ ਵੀ ਆ, ਬਹੁਤ ਬਹੁਤ ਧੰਨਵਾਦ ਉਹਨਾਂ ਦਾ ਇੱਥੇ ਆਉਣ 'ਤੇ। ਅਤੇ ਮੈਂ ਆਸ ਰੱਖਦਾ ਕਿ ਉਹ ਅੱਗੇ ਤੋਂ ਜਿਹੜਾ ਆ ਉਹਨਾਂ ਨੂੰ ਕਹਿਣ ਦੀ ਲੋੜ ਨਾ ਪਵੇ, ਅਤੇ ਜਿਹੜੇ ਸਾਥੀ ਹਜੇ ਵੀ ਜਿਹੜੇ ਨਹੀਂ ਘਰਾਂ 'ਚੋਂ ਬਾਹਰ ਨਿਕਲੇ ਉਹਨਾਂ ਨੂੰ ਵੀ ਆਪਾਂ ਜਾਗਰਤ ਕਰੀਏ। ਇੱਕ ਗੱਲ ਮੈਂ ਮੇਰੀ ਸਲਾਹ ਆ ਵੈਸੇ ਜੇ ਚੰਗੀ ਲੱਗੀ ਤਾਂ ਕਰਕੇ ਦੇਖ ਲਿਓ ਵੀ ਆਪਾਂ ਜਿਹੜੇ ਕਿਸਾਨ ਵੀਰ ਹੈਗੇ ਆ, ਕਿਉਂਕਿ ਆਪਾਂ ਦੇਖਦੇ ਹਾਂ ਵੀ ਕਿਸਾਨ ਕਿਤੇ ਵੀ ਉਹਨਾਂ ਨੂੰ ਇੱਕ ਵਾਰੀ ਉੱਥੇ ਪਤਾ ਲੱਗ ਜਾਵੇ ਉੱਥੇ ਪਹੁੰਚਣਾ ਸਾਰੇ ਉੱਥੇ ਪਹੁੰਚ ਜਾਂਦੇ। ਆਪਾਂ ਉਹਨਾਂ ਦਾ ਵੀ ਮਾੜਾ ਜਿਹਾ ਸਹਿਯੋਗ ਲੈ ਲਈਏ ਵੀ ਸਾਡੀ, ਉਹਨਾਂ ਨੂੰ ਪਤਾ ਤਾਂ ਹੈਗਾ ਸਭ ਨੂੰ ਵੀ ਪੁਰਾਣੀ ਪੈਨਸ਼ਨ ਲਈ ਇਹ ਜਿਹੜੇ ਆ ਲੜਾਈ ਲੜ ਰਹੇ ਆ। ਜੇ ਆਪਾਂ ਉਹਨਾਂ ਦਾ ਵੀ ਸਹਿਯੋਗ ਲੈ ਲਈਏ ਵੀ ਜਿੱਦਾਂ ਇੱਥੇ ਆਉਣਾ ਸੀ, ਜੇ ਆਪਾਂ ਮੈਂ ਕਹਿੰਦਾ ਆਪਣੇ ਏਰੀਏ ਦੇ ਕਿਸਾਨ ਇਕੱਠੇ ਹੋਏ ਹੁੰਦੇ ਤਾਂ ਇੱਥੇ ਚੌਂ ਤੱਕ ਆਪਣੀ ਭਰ ਜਾਣੀ ਸੀ, ਕਿਉਂਕਿ ਸਾਡੇ ਅਧਿਆਪਕਾਂ ਨੂੰ ਜਾਂ ਸਾਡੇ ਮੁਲਾਜ਼ਮਾਂ ਨੂੰ ਤਾਂ ਪੈਨਸ਼ਨ ਦੀ ਲੋੜ ਨਹੀਂ ਹੈ। ਸ਼ਾਇਦ ਉਹ ਕਿਸਾਨਾਂ ਨੂੰ ਤਰਸ ਆ ਜਾਵੇ ਵੀ ਹਾਂ ਸਾਡੇ ਬੱਚੇ ਇਹਨਾਂ ਨੂੰ ਵੀ ਪੈਨਸ਼ਨ ਦੀ ਲੋੜ ਆ, ਇਹ ਜਦੋਂ ਬਜ਼ੁਰਗ ਹੋ ਜਾਣਗੇ ਕਿਤੇ ਔਖੇ ਨਾ ਹੋਣ। ਆਪਾਂ ਵੀ ਹੁਣ ਦੇਖੋ ਅੱਜ ਆਪਾਂ ਕੁਛ ਵੀ ਸੇਵਿੰਗ ਕਰਦੇ ਹਾਂ, ਕੁਛ ਵੀ ਕਰਦੇ ਹਾਂ ਆਪਣੇ ਬੱਚਿਆਂ ਲਈ, ਕਹਿੰਦੇ ਸਾਡੇ ਬੱਚੇ ਔਖੇ ਨਾ ਹੋਣ। ਆਪਾਂ ਦੇਖਦੇ ਹਾਂ ਕਿ ਨਵੀਂ ਪੈਨਸ਼ਨ ਜਿਹੜੇ ਨਵੀਂ ਪੈਨਸ਼ਨ ਦੇ ਅੰਡਰ ਆਉਂਦੇ ਮੁਲਾਜ਼ਮ ਹੈਗੇ, ਉਹ ਘਰਾਂ ਵਿੱਚ ਸੁੱਤੇ ਪਏ ਆ, ਜਾਂ ਫਿਰ ਕੋਈ ਵਿਆਹ ਦਾ ਪ੍ਰੋਗਰਾਮ ਅਟੈਂਡ ਕਰਨ ਗਿਆ ਆ, ਕੋਈ ਕਿਤੇ ਪਹੁੰਚਿਆ ਕੋਈ ਕਿਤੇ ਪਹੁੰਚਿਆ, ਮਜਬੂਰੀਆਂ ਉਹਨਾਂ ਦੀ ਬਹੁਤ ਜ਼ਿਆਦਾ ਆ। ਅਤੇ ਇਹ ਦੂਜੇ ਪਾਸੇ ਸਾਡੇ ਪੁਰਾਣੀ ਪੈਨਸ਼ਨ ਵਾਲੇ ਸਾਥੀ ਹੈਗੇ ਆ ਜਿਹਨਾਂ ਨੂੰ ਪੁਰਾਣੀ ਪੈਨਸ਼ਨ ਲੱਗਣੀ ਆ, ਇਹ ਆਪਣੀਆਂ ਸਾਰੀਆਂ ਜ਼ਿੰਮੇਵਾਰੀ ਨੂੰ ਆਪਣੀ ਮਜਬੂਰੀਆਂ ਨੂੰ ਇੱਕ ਪਾਸੇ ਕਰਕੇ ਸਾਡੀ ਖਾਤਰ ਇੱਥੇ ਆਏ ਆ। ਸੋ ਅਸੀਂ ਇਹਨਾਂ ਦੇ ਬਹੁਤ ਧੰਨਵਾਦੀ ਹਾਂ। ਸੋ ਇੱਕ ਵਾਰੀ ਇਹਨਾਂ ਦੇ ਲਈ ਤਾੜੀ ਜਿਹੜੀ ਜ਼ਰੂਰ ਵਜਾਈ ਹੈ। ਸੋ ਮੈਂ ਬੇਨਤੀ ਕਰਾਂਗਾ ਸਾਥੀ ਹੰਸਰਾਜ ਜੀ, ਉਹ ਵੀ 2 ਮਿੰਟ ਦੇ ਲਈ ਆ ਕੇ ਆਪਣੇ ਵਿਚਾਰ ਜਿਹੜੇ ਆਏ ਹੋਏ ਸਾਥੀਆਂ ਨਾਲ ਸਾਂਝੇ। ਜਿਸ ਤਰ੍ਹਾਂ ਕਿ ਦੱਸਿਆ ਕਿ ਕਾਫੀ ਜਿਹੜੇ ਧਾਨੇ ਮੁਜ਼ਾਰੇ ਹੁੰਦੇ ਆ ਸਮੇਂ ਸਮੇਂ 'ਤੇ, ਜਦੋਂ ਟਾਈਮ ਮਿਲਦਾ ਆ ਜ਼ਰੂਰ ਇਹਨਾਂ ਦਾ ਸਾਥ ਦਿੰਦੇ ਰਹਿੰਦੇ ਹਾਂ। ਸੋ ਮੈਂ ਬਹੁਤਾ ਬੁਲਾਰਾ ਤਾਂ ਹੈ ਨਹੀਂ, ਅਤੇ ਮੈਂ ਧਾਨਿਆਂ 'ਤੇ ਜ਼ਰੂਰ ਜਾਂਦਾ ਹਾਂ, ਔਰ ਕਿਉਂਕਿ ਪਹਿਲਾਂ ਜ਼ਿਲ੍ਹਾ ਪ੍ਰੀਸ਼ਦ, ਕਿਉਂਕਿ ਸਰਕਾਰ ਦੀਆਂ ਇਹ ਨੀਤੀ ਬਣ ਗਈ ਆ, ਉਹਨਾਂ ਨੇ ਵੱਖਰੇ ਵੱਖਰੇ ਸਾਨੂੰ ਦੂਜਿਆਂ ਦੇ ਵਿੱਚ ਬਣ ਦਿੱਤਾ ਆ, ਕੋਈ ਜ਼ਿਲ੍ਹਾ ਪ੍ਰੀਸ਼ਦ, ਕੋਈ ਆਪਣੇ TF ਬਣਾ ਤੇ ਆ, ਠੀਕ ਹੈ, ਕੋਈ ਕੋਈ ਬਣਾ ਤੇ ਆ, ਹੁਣ ਤਾਂ ਪਤਾ ਹੀ ਨਹੀਂ ਕਿੰਨੀਆਂ ਕੈਟਾਗਰੀਆਂ ਬਣਾਤੀਆਂ। ਸੋ ਵੱਖਰੀਆਂ ਵੱਖਰੀਆਂ ਕੈਟਾਗਰੀ ਦੇ ਵਿੱਚ ਸਾਨੂੰ ਵੰਡ ਦਿੱਤਾ ਆ ਵੱਖਰੇ। ਪਤਾ ਕਰੋ ਕਦੋਂ ਪੈਣੀ ਆ। ਤੁਸੀਂ ਇਹ ਦੇਖੋ ਹੁਣ ਅਸੀਂ ਸੈਲਰੀ ਦੇ ਉੱਪਰ ਨਿਰਭਰ ਆ, ਅਤੇ ਜਿਹੜੇ ਸਾਥੀ ਸਾਡੇ ਰਿਟਾਇਰ ਹੋ ਜਾਣਗੇ, ਜਿਹੜੀ ਇੰਨੀ ਸੈਲਰੀ ਦੇ ਨਾਲ ਗੁਜ਼ਾਰਾ ਮੁਸ਼ਕਲ ਹੋ ਰਿਹਾ ਹੈ, ਉਹ ਤੋਂ ਬਾਅਦ ਉਹ 2500-2000 ਤੇ ਕੀ ਗੁਜ਼ਾਰਾ ਕਰਨਗੇ? ਸਾਡੇ ਸਾਥੀ ਬੈਠੇ ਇੱਕ ਗੱਲ ਚੱਲਦੀ ਸੀ ਕਿ ਉਹਨਾਂ ਦੀ 1 ਸਾਲ ਰਹੇਗਾ ਰਿਟਾਇਰਮੈਂਟ ਲਈ, ਦੂਰ ਸਮਾਂ ਬਹੁਤ ਲੱਗਦਾ ਆ, ਮੈਨੂੰ ਵੀ ਲੱਗਦਾ ਹੋਊਗਾ ਕਿ ਮੈਂ ਬਹੁਤ ਦੂਰ ਆ ਜਾਂ ਬਹੁਤ ਦੂਰ ਆ, ਪਰ ਨਹੀਂ, ਜਿਹੜਾ ਸੰਘਰਸ਼ ਆ
ਜੇਕਰ ਅਸੀਂ ਕਰਾਂਗੇ ਅਸੀਂ ਆਉਂਦੇ ਹਾਂ ਤਾਂ ਸਾਡੇ ਮਨ ਨੂੰ ਇੱਕ ਸ਼ਾਂਤੀ ਆ ਕਿ ਹਾਂ ਅਸੀਂ ਆਪਣੇ ਹੱਕ ਲਈ ਲੜਦਾ ਰਹੇ ਹਾਂ। ਹੋ ਸਕਦਾ ਅੱਜ ਮੈਂ ਵੀ ਕਿਤੇ ਘਰ ਨਹਾ ਧੋ ਕੇ ਬੈਠਾ ਹੁੰਦਾ, ਅਖਬਾਰ ਪੜ੍ਹ ਕੇ ਇੱਧਰ ਉੱਧਰ ਘੁੰਮਦਾ ਫਿਰਦਾ ਹੁੰਦਾ, ਪਰ ਨਹੀਂ, ਅੱਜ ਮੈਨੂੰ ਆਪਣੇ ਆਪ 'ਤੇ ਮਾਣ ਹੈ। ਜਿੰਨੇ ਸਾਡੇ ਸਾਥੀ ਆਏ ਸਾਰਿਆਂ ਨੂੰ ਮਾਣ ਹੋਣਾ ਚਾਹੀਦਾ ਕਿ ਅਸੀਂ ਸੰਘਰਸ਼ਾਂ ਦੇ ਵਿੱਚ ਆ ਰਹੇ ਹਾਂ। ਵਾਅਦਿਆਂ ਤੋਂ ਭੱਜਣ ਵਾਲੀ ਸਰਕਾਰ ਮੁਰਦਾਬਾਦ, ਮੁਰਦਾਬਾਦ, ਮੁਰਦਾਬਾਦ। ਵਾਅਦਿਆਂ ਤੋਂ ਮੁਕਰਨ ਵਾਲੀ ਸਰਕਾਰ ਮੁਰਦਾਬਾਦ, ਮੁਰਦਾਬਾਦ, ਮੁਰਦਾਬਾਦ। ਪੁਰਾਣੀ ਪੈਨਸ਼ਨ ਬਹਾਲ ਕਰੋ, ਬਹਾਲ ਕਰੋ, ਬਹਾਲ ਕਰੋ। ਪੁਰਾਣੀ ਪੈਨਸ਼ਨ ਬਹਾਲ ਕਰੋ, ਬਹਾਲ ਕਰੋ, ਬਹਾਲ ਕਰੋ। NPS ਰੱਦ ਕਰੋ, ਰੱਦ ਕਰੋ, ਰੱਦ ਕਰੋ। ਨਵੀਂ ਪੈਨਸ਼ਨ ਸਕੀਮ ਰੱਦ ਕਰੋ, ਰੱਦ ਕਰੋ, ਰੱਦ ਕਰੋ। UPS ਰੱਦ ਕਰੋ, ਰੱਦ ਕਰੋ, ਰੱਦ ਕਰੋ। UPS ਰੱਦ ਕਰੋ, ਰੱਦ ਕਰੋ, ਰੱਦ ਕਰੋ। ਮੁਲਾਜ਼ਮ ਏਕਤਾ ਜਿੰਦਾਬਾਦ, ਜਿੰਦਾਬਾਦ, ਜਿੰਦਾਬਾਦ। ਮੁਲਾਜ਼ਮ ਏਕਤਾ ਜਿੰਦਾਬਾਦ, ਜਿੰਦਾਬਾਦ, ਜਿੰਦਾਬਾਦ। ਸਾਥੀ ਭੁਪਿੰਦਰ ਸਿੰਘ, ਤੁਹਾਨੂੰ UPS ਆਈ ਆ, ਇਹ ਉੱਤੋਂ ਵੀ ਮਾਰੂਗਾ, ਕਿਉਂਕਿ ਇਹਦੇ ਵਿੱਚ ਜਿਹੜਾ ਆਪਣਾ ਫੰਡ ਜਮ੍ਹਾਂ ਹੋਣਾ ਉਸ ਬਾਰੇ ਕੋਈ ਗੱਲਬਾਤ ਹੀ ਨਹੀਂ ਹੈ, ਨਹੀਂ ਉਹ ਸਾਨੂੰ ਫੰਡ ਮਿਲਣਾ ਕਿ ਨਹੀਂ ਮਿਲਣਾ ਹੈਗਾ, ਠੀਕ ਹੈ। ਉਹਦੇ ਵਿੱਚ ਉਹਨੇ ਦੇਖੋ ਕੀ ਕਰ ਦਿੱਤਾ, 10% ਤੇ ਪਲੱਸ 18%, 10% ਆਪਣਾ ਘੱਟ ਹੋਣਾ ਤੇ 18% ਜਿਹੜਾ ਉਹ ਸਰਕਾਰ ਨੇ ਪਾਉਣਾ, ਤੇ ਉਹ ਫੰਡ ਬਾਰੇ ਸਾਨੂੰ ਪਤਾ ਨਹੀਂ ਵੀ ਸਾਨੂੰ ਲਾਸਟ ਦੇ ਵਿੱਚ ਕਦੋਂ ਮਿਲੇਗਾ, ਮਿਲਣਾ ਨਹੀਂ ਮਿਲਣਾ ਉਸ ਬਾਰੇ ਕੁਛ ਵੀ ਜਿਹੜਾ ਸਾਡੇ ਕੋਲ ਜ਼ਿਕਰ ਨਹੀਂ ਹੈਗਾ, ਠੀਕ ਹੈ। ਇਸ ਕਰਕੇ ਆਪਾਂ ਨੂੰ ਇਸ ਸੰਘਰਸ਼ ਦੇ ਵਿੱਚ ਆਉਣ ਦੀ ਲੋੜ ਆ, ਠੀਕ ਹੈ। ਹੁਣ ਜਦੋਂ ਸਾਰਿਆਂ ਨੇ ਕੀਤੀ ਹੈਗੀ ਵੀ ਆਪਾਂ ਬਹੁਤ ਸਾਰਿਆਂ ਨੂੰ ਜਿਹੜੇ ਫੋਨ ਕੀਤੇ ਆ, ਆਹ ਜਿੰਨੇ ਵੀ ਆਪਾਂ ਸਾਥੀ ਬੈਠੇ ਆ ਇਹ ਉਹ ਸਾਥੀ ਬੈਠੇ ਆ ਜਿਹੜੇ 2008 ਤੋਂ ਬਾਅਦ ਵਿੱਚ ਜਾਂ 2006 ਤੋਂ ਬਾਅਦ ਆਪਣੇ ਨਾਲ ਜੁੜਿਓ ਆ, ਉਹੀ ਸਾਥੀ ਆਪਾਂ ਨੂੰ ਇੱਥੇ ਦੱਸ ਰਹੇ ਆ। ਜਿਹੜੀ ਸਾਡੇ ਕੋਲ ਨਵੀਂ ਭਰਤੀ ਆ, ਜਿਹੜੀ ਹਜੇ ਫਰੈਸ਼ ਆ ਉਹ ਆਈ ਆ, ਉਹਦੇ ਸਾਥੀਆਂ 'ਚ ਬਿਲਕੁਲ ਥੋੜ੍ਹੇ ਥੋੜ੍ਹੇ ਸਾਨੂੰ ਜਿਹੜੇ ਉਹ ਦਿਖਾਈ ਦਿੰਦੇ ਆ, ਕਿਉਂਕਿ ਲਾਗੂ ਕਰਾਉਣ ਵਾਸਤੇ ਬੇਸ਼ੱਕ ਸੈਂਟਰਲ ਗੌਰਮੈਂਟ ਨੇ UPS ਜਿਹੜੀ ਸਕੀਮ ਆ ਉਹ ਲਾਗੂ ਕਰਨ ਦਾ ਫੈਸਲਾ ਲੈ ਲਿਆ, ਪਰ UPS ਵੀ ਜਿਹੜੀ ਹੈਗੀ ਆ ਉਹ NPS ਨਾਲੋਂ ਵੀ ਘਾਤਕ ਆ। ਤੋ ਸਾਡਾ ਜਿਹੜਾ ਇੱਕੋ ਇੱਕ ਮਨੋਰਥ ਹੋਣਾ ਚਾਹੀਦਾ ਕਿ ਜਿਹੜੀ ਨਾ ਅਸੀਂ ਨਿਊ ਪੈਨਸ਼ਨ ਸਕੀਮ ਲੈਣੀ ਹੈਗੀ ਆ ਅਤੇ ਨਾ ਅਸੀਂ UPS ਲੈਣਾ, ਸਾਡੀ ਓਲਡ ਪੈਨਸ਼ਨ ਜਿਹੜੀ ਸਕੀਮ ਆ ਉਹ ਸਾਰੇ ਮੁਲਾਜ਼ਮਾਂ ਦੀ ਬਹਾਲ ਹੋਣੀ ਚਾਹੀਦੀ ਆ, ਕਿਉਂਕਿ ਉਹਦੇ ਨਾਲ ਹੀ ਜਿਹੜਾ ਇੱਕ ਮੁਲਾਜ਼ਮ ਆ ਉਹਦਾ ਜਿਹੜਾ ਬੁਢਾਪਾ ਉਹ ਸੇਫ ਆ। ਹੁਣ ਜਿਵੇਂ ਸਾਥੀ ਸਾਡੇ ਪਹਿਲਾਂ ਦੱਸ ਕੇ ਗਏ ਆ ਕਿ ਕੁਛ ਸਾਥੀ ਰਿਟਾਇਰ ਹੋ ਚੁੱਕੇ ਆ, ਉਹ 10,000 ਰੁਪਇਆ ਜਿਹੜਾ ਉਹਨਾਂ ਨੂੰ ਪੈਨਸ਼ਨ ਲੱਗੀ ਹੋਈ ਆ, ਅਤੇ ਆਪਾਂ ਜਾਣਦੇ ਹਾਂ ਕਿ ਜਦੋਂ ਸਾਡਾ ਬੁਢਾਪੇ ਵਿੱਚ ਆਪਾਂ ਪੈਰ ਰੱਖਣਾ ਉਸ ਟਾਈਮ ਲਗਭਗ ਬਹੁਤਿਆਂ ਨੂੰ ਕੋਈ ਨਾ ਕੋਈ ਪ੍ਰੋਬਲਮ ਹੈਗੀ, ਉਹ 10,000 ਰੁਪਇਆ ਸਾਡੀਆਂ ਜਿਹੜੀਆਂ ਉਹਨਾਂ ਦਵਾਈਆਂ ਦਾ ਖਰਚ ਜਿਹੜਾ ਸਾਰਾ ਨਿਕਲ ਜਾਣਾ ਅਤੇ ਸਾਡੇ ਆਪਣੀ ਕੋਈ ਸੇਵਿੰਗ ਜਿਹੜੀ ਸਾਡੇ ਪਾਸ ਨਹੀਂ ਰਹਿਣੀ। ਤੋ ਇਸ ਕਰਕੇ ਸਾਨੂੰ ਹੰਬੜਾ ਮਾਰਨ ਦੀ ਲੋੜ ਹੈ ਆਪਣੀ ਪੁਰਾਣੀ ਹੀ ਪੈਨਸ਼ਨ ਨੂੰ ਬਹਾਲ ਕਰਾਉਣ ਵਾਸਤੇ। ਮੇਰੀ ਜ਼ਿਲ੍ਹਾ ਕਮੇਟੀ ਦੇ ਅਹੁਦੇਦਾਰਾਂ ਨੂੰ ਬੇਨਤੀ ਹੈ ਕਿ ਜਿਸ ਤਰ੍ਹਾਂ ਅਸੀਂ ਇੱਥੇ ਲਗਭਗ 1.5 ਘੰਟੇ ਤੋਂ ਬੈਠੇ ਹਾਂ, ਅਸੀਂ ਬਹੁਤ ਸਾਰੇ ਬੁਲਾਰਿਆਂ ਨੂੰ ਸੁਣਿਆ ਹੈ, ਜੇਕਰ ਸਰਕਾਰ ਦਾ ਨੁਮਾਇੰਦਾ ਨਹੀਂ ਆ ਰਿਹਾ ਤਾਂ ਮੇਰੀ ਇਹ ਆਪਣਾ ਨਿੱਜੀ ਰਾਏ ਹੈ ਕਿ ਆਪਾਂ MLA ਸਾਹਿਬ ਦੇ ਘਰ ਦੇ ਗੇਟ ਦੇ ਮੂਹਰੇ ਆਪਣਾ ਮੰਗ ਪੱਤਰ ਟੰਗ ਕੇ ਆਪਾਂ ਉਹਨਾਂ ਦੇ ਰੋਸ ਜਿਹੜਾ ਪ੍ਰਗਟ ਕਰੀਏ। ਇਹ ਕੁੱਤੇ ਝਾਕ ਜਿਹੜੀ 1.5 ਘੰਟੇ ਤੋਂ ਆਪਾਂ ਕਰ ਰਹੇ ਹਾਂ ਇਹ ਬੜੀ ਨਿਰਾਸ਼ਾਜਨਕ ਹੈ। ਜੇਕਰ ਇੱਕ MLA 60-70 ਸਾਥੀਆਂ ਨੂੰ ਉਹਨਾਂ ਦੀ ਗੱਲ ਸੁਣਨ ਦੇ ਲਈ ਵੀ ਉਹ ਆਪਣੇ ਦਿੱਤੇ ਸਮੇਂ 'ਤੇ ਨਹੀਂ ਆ ਸਕਦਾ ਤਾਂ ਸਾਨੂੰ ਸਮਝ ਲੈਣਾ ਚਾਹੀਦਾ ਹੈ ਕਿ ਆਪਣਾ ਕੋਈ ਬਹੁਤ ਵਧੀਆ ਸਾਡੇ ਪ੍ਰਤੀ ਸਰਕਾਰ ਦਾ ਰਵੱਈਆ ਨਹੀਂ ਹੈ ਅਤੇ ਉਹ ਇਹ ਜਿਹੜੀ ਕੁੱਤੇ ਝਾਕ ਚੱਲ ਰਹੀ ਹੈ ਇਹਨੂੰ ਬੰਦ ਕਰਕੇ ਆਪਾਂ ਨੂੰ ਤੁਰੰਤ ਉਹਨਾਂ ਦੇ ਨੁਮਾਇੰਦੇ ਨਾਲ ਗੱਲ ਕਰੀਏ। ਜੇਕਰ 5-4 ਮਿੰਟ 'ਚ MLA ਸਾਹਿਬ ਆ ਰਹੇ ਹੈ ਤਾਂ ਠੀਕ ਹੈ, ਕਿ ਨਹੀਂ ਤਾਂ ਅਸੀਂ ਅਗਲਾ ਫੈਸਲਾ ਜਿਹੜਾ ਹੈ
ਜੋ ਮੈਂ ਆਪ ਜੀ ਨੂੰ ਬੇਨਤੀ ਕੀਤੀ ਹੈ, ਮੇਰੀ ਨਿੱਜੀ ਰਾਏ ਹੈ ਕਿ ਆਪਾਂ ਉਹਨਾਂ ਦੇ ਘਰ ਦੇ ਬਾਹਰ ਆਪਣਾ ਮੰਗ ਪੱਤਰ ਟੰਗ ਕੇ ਆਪਾਂ ਨੇ ਘਰਾਂ ਨੂੰ ਚੱਲੀਏ। ਇਹ ਗੱਲ ਸੱਚੀ ਆ ਵੀ ਹੁਣ ਤੁਸੀਂ ਦੇਖ ਲਓ ਵੀ ਸਾਡੀਆਂ ਤਨਖਾਹਾਂ ਵੀ ਉਹ ਜਿੱਦਾਂ ਕਹਿ ਲਓ ਕਿਸ਼ਤਾਂ 'ਚ ਆਉਂਦੀਆਂ ਹੈਗੀਆਂ, ਕਦੇ ਦੇ ਤੀਆਂ ਕਿਸੇ ਨੂੰ, ਕਿਸੇ ਨੂੰ ਥੋੜ੍ਹੀਆਂ ਨੇ ਮਿਲ ਗਈਆਂ, ਥੋੜ੍ਹੀਆਂ ਨਹੀਂ ਮਿਲੀਆਂ, ਤਾਂ ਹੌਲੀ ਜਿਹੜਾ ਕੰਮ ਹੈ ਥੋੜ੍ਹਾ ਖਰਾਬ ਹੋ ਰਿਹਾ ਅੱਗੇ ਤੋਂ ਅੱਗੇ। ਡਿਪਾਰਟਮੈਂਟ ਸਾਡੇ ਕਈ ਜਿਹੜੀਆਂ ਸਾਡੀਆਂ ਜਿਹੜੀਆਂ ਸਹੂਲਤਾਂ ਆ ਉਹ ਲਈ ਜਾ ਰਿਹਾ, ਅਤੇ ਇਸ ਕਰਕੇ ਪਲੀਜ਼ ਮੈਂ ਤਾਂ ਦੁਬਾਰਾ ਇਹੀ ਕਹੂੰਗਾ ਵੀ ਫਰਕ ਤਾਂ ਕਿਸੇ ਨੂੰ ਪੈਣਾ ਨਹੀਂ ਹੈਗਾ। ਪਰ ਜਦੋਂ ਹੁਣ ਤੁਹਾਡੇ ਸਾਹਮਣੇ ਦੋ ਤਿੰਨ ਐਗਜ਼ਾਮਪਲਾਂ ਆਈਆਂ ਵੀ ਕਿਸੇ ਨੂੰ 3200 ਪੈਨਸ਼ਨ ਲੱਗੀ ਆ, ਕਿਸੇ ਨੂੰ 3500 ਪੈਨਸ਼ਨ ਲੱਗੀ ਆ, ਤਾਂ 3200 ਦਾ ਕਿਸੇ ਬੀਬੀ ਦਾ ਸੂਟ ਵੀ ਨਹੀਂ ਆਉਣਾ। ਬਹਾਲ ਕਰੋ, ਬਹਾਲ ਕਰੋ ਪੁਰਾਣੀ ਪੈਨਸ਼ਨ, ਬਹਾਲ ਕਰੋ, ਬਹਾਲ ਕਰੋ, ਬਹਾਲ ਕਰੋ ਨਵੀਂ ਪੈਨਸ਼ਨ, ਦਫਾ ਕਰੋ, ਦਫਾ ਕਰੋ, ਦਫਾ ਕਰੋ ਯੂਪੀਐਸ, ਦਫਾ ਕਰੋ, ਦਫਾ ਕਰੋ, ਦਫਾ ਕਰੋ ਯੂਪੀਐਸ, ਦਫਾ ਕਰੋ, ਦਫਾ ਕਰੋ, ਦਫਾ ਕਰੋ ਵਾਅਦਿਆਂ ਤੋਂ ਭੱਜਣ ਵਾਲੀ ਸਰਕਾਰ ਮੁਰਦਾਬਾਦ, ਮੁਰਦਾਬਾਦ, ਮੁਰਦਾਬਾਦ ਲਾਰੇ ਲਾਉਣ ਵਾਲੀ ਸਰਕਾਰ ਮੁਰਦਾਬਾਦ, ਮੁਰਦਾਬਾਦ, ਮੁਰਦਾਬਾਦ ਝੂਠੇ ਇਨਕਲਾਬ ਵਾਲੀ ਸਰਕਾਰ ਮੁਰਦਾਬਾਦ, ਮੁਰਦਾਬਾਦ, ਮੁਰਦਾਬਾਦ ਡਰਾਮੇ ਵਾਲੀ ਸਰਕਾਰ ਮੁਰਦਾਬਾਦ, ਮੁਰਦਾਬਾਦ, ਮੁਰਦਾਬਾਦ ਪੰਜਾਬ ਸਰਕਾਰ ਹਾਏ ਹਾਏ, ਹਾਏ ਹਾਏ, ਹਾਏ ਹਾਏ ਪੰਜਾਬ ਸਰਕਾਰ ਹਾਏ ਹਾਏ, ਹਾਏ ਹਾਏ, ਹਾਏ ਹਾਏ ਮੋਦੀ ਸਰਕਾਰ ਹਾਏ ਹਾਏ, ਹਾਏ ਹਾਏ। ਸੋ ਹੁਣ ਮੈਂ ਬੇਨਤੀ ਕਰਾਂ, ਸਾਰਿਆਂ ਨੂੰ ਮਨਾਉਣ ਲਈ ਨਹੀਂ ਅਸੀਂ ਕਰ ਰਹੇ, ਜੋ ਅੱਜ ਦਾ ਹਾਲਾਤ ਹੈ ਇਹ ਸੋਚਣ ਵਾਲੀ ਗੱਲ ਹੈ, ਕਿਉਂਕਿ ਸਰਕਾਰਾਂ ਤਾਂ ਹੈ ਹੀ ਨਿਕੰਮੀਆਂ, ਅਸੀਂ ਸਾਰੇ ਪੜ੍ਹੇ ਲਿਖੇ ਹਾਂ, ਸੂਝਵਾਨ ਹਾਂ, ਕੁਆਲੀਫਾਈਡ ਹਾਂ, ਸਾਨੂੰ ਚੁਣ ਕੇ ਰੱਖਿਆ ਗਿਆ ਹੈ, ਲੇਕਿਨ ਸਾਡੇ ਉੱਪਰ ਜਿਹੜੇ ਰਾਜ ਕਰਦੇ ਆ ਉਹ ਸਾਡੀ ਮਜਬੂਰੀ ਨੂੰ ਜਾਂ ਸਾਡੀ ਲਿਆਕਤ ਨੂੰ ਸਮਝਦੇ ਨਹੀਂ ਹੈਗੇ। ਉਹਦਾ ਕਾਰਨ ਕੀ ਆ, ਸਾਡੀ ਉਣਤਾ ਹੀ ਹੈ, ਅਸੀਂ ਇਕੱਠੇ ਹੋ ਕੇ ਨਹੀਂ ਲੜ ਪਾ ਰਹੇ। ਬਹੁਤ ਸਾਰੇ ਸਾਥੀਆਂ ਨੇ ਇੱਕੋ ਹੀ ਗੱਲ ਕੀਤੀ ਹੈ ਕਿ ਅੱਜ ਘੱਟ ਘੱਟ ਹੈ, ਹੋਰ ਸਾਥੀਆਂ ਨੂੰ ਹੋਣਾ ਚਾਹੀਦਾ ਸੀ, ਕਿਉਂਕਿ ਜਿਹੜਾ ਸੰਘਰਸ਼ ਹੈ ਕੋਈ ਵੀ ਉਹ ਇਕੱਲਿਆਂ ਨਹੀਂ ਲੜਿਆ ਜਾ ਸਕਦਾ ਜਾਂ ਥੋੜ੍ਹੇ ਸਾਥੀਆਂ ਨਾਲ ਨਹੀਂ ਲੜਿਆ ਜਾ ਸਕਦਾ ਜਦੋਂ ਤੱਕ ਸਾਰੇ ਸਾਥੀ ਇਕੱਠੇ ਨਹੀਂ ਹੁੰਦੇ, ਕਿਉਂਕਿ ਹਰੇਕ ਦੀ ਆਪਣੀ ਆਪਣੀ ਜ਼ਰੂਰਤ ਹੈ, ਹਰੇਕ ਦੀਆਂ ਆਪਣੀਆਂ ਆਪਣੀਆਂ ਮਜਬੂਰੀਆਂ ਹਨ। ਮੇਰੀ ਵੀ ਅੱਜ ਮਜਬੂਰੀ ਸੀ, ਸਾਡੇ ਭਰਜਾਈ ਤਾਹਾਂ ਕਲੀਰਾਂ ਐਡਮਿਟ ਕਰਾਉਣੇ ਸੀ, ਅੱਜ ਉਹਨਾਂ ਨੂੰ ਮੈਂ ਐਡਮਿਟ ਕਰਾ ਕੇ ਇੱਥੇ ਪਹੁੰਚਿਆ, ਦੁਬਾਰਾ ਫਿਰ ਮੈਂ ਉੱਥੇ ਜਾਣਾ। ਬੜੇ ਰੁਝੇਵੇਂ ਹੁੰਦੇ ਸਾਰਿਆਂ ਦੇ, ਲੇਕਿਨ ਜਿਹੜੀ ਇਹ ਸਾਡੀ ਮੰਗ ਆ ਇਹ ਮੰਗ ਕੋਈ ਛੋਟੀ ਮੰਗ ਨਹੀਂ ਹੈ, ਕਿਉਂਕਿ ਸਾਡੇ ਜ਼ਿੰਦਗੀ ਦੇ ਨਾਲ, ਸਾਡੇ ਬੁਢਾਪੇ ਨਾਲ ਇਹ ਮੰਗ ਜੁੜੀ ਹੋਈ ਹੈ। ਗੱਲਾਂ ਮੁੜ ਮੁੜ ਕੇ ਉਹੀ ਹਨ, ਮੈਂ ਸਾਰਿਆਂ ਨੂੰ ਇਹੀ ਬੇਨਤੀ ਕਰਨਾ ਚਾਹੂੰਗਾ ਕਿ ਜਿੱਥੇ ਵੀ ਸੰਘਰਸ਼ ਦੀ ਲੋੜ ਪੈਂਦੀ ਹੈ, ਚਾਹੇ ਅੱਧੀ ਰਾਤ ਹੋਵੇ, ਚਾਹੇ ਦੁਪਹਿਰ ਹੋਵੇ, ਚਾਹੇ ਤੁਸੀਂ ਜਿੱਥੇ ਵੀ ਜਿਸ ਮਰਜ਼ੀ ਹਾਲਾਤ ਵਿੱਚ ਹੋਵੋ, ਪਹੁੰਚਣਾ ਜ਼ਰੂਰੀ ਹੈ, ਕਿਉਂਕਿ ਸਾਡੀ ਇਹ ਇਕੱਲਿਆਂ ਦੀ ਮੰਗ ਨਹੀਂ ਹੈ, ਸਾਡੇ ਬੱਚਿਆਂ ਦੀ ਨਾਲ ਮੰਗ ਹੈ। ਮੈਂ ਦੋ ਬੱਚੇ ਨਾਲ ਲੈ ਕੇ ਆਇਆ ਤਾਂ ਕਿ ਸਾਡੀ ਗੈਦਰਿੰਗ ਹੋਰ ਹੋਵੇ। ਮੈਨੂੰ ਪਤਾ ਸੀਗਾ ਸ਼ਾਇਦ ਸਾਥੀ ਘੱਟ ਹੋਣਗੇ, ਮੈਂ ਗੁਰਦਿਆਲ ਜੀ ਨਾਲ ਸਵੇਰ ਤੋਂ ਰਾਬਤਾ ਹੈ ਕਿ ਕਿੰਨੇ ਕੁ ਸਾਥੀ ਪਹੁੰਚ ਰਹੇ ਨਵੇਂ ਸ਼ਹਿਰ ਤੋਂ, ਬੰਗਿਆਂ ਤੋਂ ਕਿੰਨੇ, ਪਰ ਘੱਟ ਦੇਖ ਕੇ ਜਿਹੜਾ ਇਕੱਠ ਹੈ ਉਹ ਦੁੱਖ ਲੱਗਦਾ, ਕਿਉਂਕਿ ਆਪਣੇ ਨਾਲ ਅਸੀਂ ਸੰਘਰਸ਼ ਕਰੀ ਜਾਂਦੇ, ਇਹ ਸਰਕਾਰਾਂ ਨਾਲ ਸੰਘਰਸ਼ ਕੀ ਕਰਾਂਗੇ। ਸੋ ਹੱਥ ਬੰਨ ਕੇ ਇਹ ਬੇਨਤੀ ਹੈ, ਮੰਗਾਂ ਆਪਣੀਆਂ ਸਾਰੀਆਂ ਉਹੀ ਆ ਸਾਰੀਆਂ ਜੋ ਆਪਾਂ ਨੂੰ ਪਤਾ ਹੈ, ਉਸ ਮੰਗ ਨੂੰ ਲੜਨ ਵਾਸਤੇ, ਉਸ ਮੰਗ ਨੂੰ ਮਨਾਉਣ ਵਾਸਤੇ ਆਪਾਂ ਨੂੰ ਏਕਾ ਕਰਨਾ ਪੈਣਾ ਹੈ, ਇਕੱਠੇ ਹੋਣਾ ਪੈਣਾ ਹੈ। ਅੱਜ ਅਸੀਂ ਮੰਗ ਪੱਤਰ ਦਾ ਜ਼ਰੂਰ ਦੇ ਕੇ ਜਾਣਾ ਹੈ, ਲੇਕਿਨ ਸਾਡੇ ਇਕੱਠ ਦਾ ਜਿਹੜਾ ਪ੍ਰਭਾਵ ਹੋਗਾ ਉਹ ਇੰਨਾ ਨਹੀਂ ਪੈਣਾ ਮੇਰੇ ਖਿਆਲ ਨਾਲ, ਕਿਉਂਕਿ ਜ਼ਰੂਰੀ ਹੈ ਇਹ। ਸੋ ਮੈਂ ਸਾਰਿਆਂ ਨੂੰ ਇਹ ਬੇਨਤੀ ਕਰਦਾ, ਅਗਲਾ ਜਦੋਂ ਵੀ ਇਕੱਠ ਹੋਏਗਾ ਨਾਲ ਦੋ ਚਾਰ ਸਾਥੀ ਜ਼ਰੂਰ ਹੋਣੇ ਚਾਹੀਦੇ ਆ। ਇਹਨਾਂ ਬੇਨਤੀਆਂ ਦੇ ਨਾਲ ਮੈਂ ਸਾਰਿਆਂ ਕੋਲ ਸਾਥੀਓ, ਆਪਾਂ ਸਵੇਰ ਤੋਂ ਲਗਭਗ 8:30 ਵਜੇ ਤੋਂ ਇਸ ਪ੍ਰੋਗਰਾਮ ਲਈ ਬੈਠੇ ਹਾਂ, ਕਿਉਂਕਿ ਪਹਿਲਾਂ ਆਪਾਂ ਪ੍ਰੋਗਰਾਮ ਦਿੱਤਾ ਸੀ
ਵੀ 8:30 ਬਾਰਾਂਦਰੀ ਪਾਰਕ ਨਵਾਂ ਸ਼ਹਿਰ ਵਿੱਚ ਇਕੱਠੇ ਹੋਣਾ ਵੀ 9 ਉੱਥੋਂ ਆਪਾਂ ਚਾਲੇ ਪਾਉਣੇ ਇੱਧਰ ਨੂੰ। ਪਰ ਸਾਥੀ ਛੁੱਟੀ ਵਾਲੇ ਦਿਨ ਬਹੁਤ ਆਲਸ ਕਰਦੇ ਆ, ਜਿਸ ਦਿਨ ਆਪਾਂ ਡਿਊਟੀ 'ਤੇ ਜਾਣਾ ਹੁੰਦਾ ਸਵੇਰੇ, ਜੇ ਸਾਨੂੰ ਪਤਾ ਭਾਈ 6 ਜਾਣਾ ਤਾਂ 6 ਵੀ ਪਹੁੰਚ ਜਾਂਦੇ ਹਾਂ, ਪਰ ਜਿਸ ਦਿਨ ਕੋਈ ਰੈਲੀ ਜਾਂ ਧਰਨਾ ਹੋਵੇ ਉਸ ਦਿਨ ਪਤਾ ਨਹੀਂ ਸਾਨੂੰ ਨੀਂਦ ਜ਼ਿਆਦਾ ਆਉਂਦੀ ਆ, ਕੀ ਹੁੰਦਾ, ਬਹੁਤ ਆਲਸ ਹੁੰਦੇ ਆ। ਸਮਾਂ ਸਾਰਿਆਂ ਦਾ ਬਹੁਤ ਹੀ ਕੀਮਤੀ ਹੈ। ਸੋ ਅੱਜ ਸਵੇਰ ਤੋਂ ਆਪਾਂ ਇੱਕੋ ਗੱਲ ਕਰ ਰਹੇ ਹਾਂ ਕਿ NPS ਆਪਾਂ ਰੱਦ ਕਰਾਉਣੀ ਆ, ਜਾਂ ਜੋ ਨਵਾਂ ਕੇਂਦਰ ਸਰਕਾਰ ਨੇ ਸ਼ੋਸ਼ਾ ਛੱਡਿਆ UPS ਰੱਦ ਕਰਾਉਣੀ ਆ। ਹੁਣ ਆਪਾਂ ਆਪਣੇ ਅੰਦਰ ਝਾਤ ਮਾਰੀਏ, ਜਿੰਨੇ ਕੁ ਜਣੇ ਬੈਠੇ ਆ, ਕੀ ਅਸੀਂ ਇੰਨੇ ਕੁ ਲੋਕ ਲੜ ਕੇ ਸਰਕਾਰ ਦੇ ਨਾਲ NPS ਜਾਂ UPS ਰੱਦ ਕਰਵਾ ਸਕਦੇ ਹਾਂ? ਕਦੇ ਵੀ ਨਹੀਂ, ਸੋਚ ਵੀ ਨਹੀਂ ਸਕਦੇ, ਕਿਉਂਕਿ ਸਰਕਾਰਾਂ ਸਾਡੀ ਪਰਖ ਦੇਖ ਰਹੀਆਂ, ਇਹ ਸਾਡੀਆਂ ਪਰਖ ਦੀਆਂ ਘੜੀਆਂ ਚੱਲ ਰਹੀਆਂ। ਅਗਲੇ ਮਹੀਨੇ ਸਾਡੀ ਮੌਜੂਦਾ ਸਰਕਾਰ ਨੇ ਜਿਹੜਾ ਇੱਕ ਲੰਗੜਾ ਜਿਹਾ ਨੋਟੀਫਿਕੇਸ਼ਨ ਕੀਤਾ ਸੀ, ਪੂਰੇ 2 ਹੋਏ ਨੇ ਨਵੰਬਰ ਦੇ 18 ਨੂੰ, ਉਹਦੇ ਉੱਤੇ ਸਰਕਾਰ ਵੱਲੋਂ ਅਮਲੀ ਜਾਮਾ ਨਹੀਂ ਪਹਿਨਾ ਹੋਇਆ, ਸਾਡੇ GPF ਦੇ ਖਾਤੇ ਨਹੀਂ ਸ਼ੁਰੂ ਕਰਵਾ ਹੋਏ। ਇੱਥੋਂ ਕੀ ਸਿੱਧ ਹੁੰਦਾ? ਸਰਕਾਰ ਦੇ ਮਨਸੂਬੇ ਜਿਹੜੇ ਆ ਮਾੜੇ ਆ। ਗੱਲ ਉਹਨਾਂ ਪੁੱਛਣੇ ਹੋਵੇ, ਸਾਡੇ ਪਰਿਵਾਰ ਨਹੀਂ ਹੈਗੇ, ਸਾਡੇ ਪਰਿਵਾਰਾਂ ਨੂੰ ਲੋੜ ਨਹੀਂ ਹੈਗੀ, ਸਾਡੇ ਬੱਚੇ ਹੈ ਨਹੀਂ, ਸਾਡੇ ਬਜ਼ੁਰਗ ਹੈ ਨਹੀਂ, ਸਾਡੀ ਤਨਖਾਹ ਬਹੁਤ ਲੜਕਦੀ ਹੈ, ਆਪਣੀ ਤਨਖਾਹ ਕਦੇ ਕਿਸੇ ਨੂੰ ਦੱਸੀ ਨਹੀਂ, ਐਡੇ ਐਡੇ ਪੋਸਟਾਂ ਲਾ ਤੇ ਕੰਨਿਆਕੁਮਾਰੀ ਤੋਂ ਲੈ ਕੇ ਕਸ਼ਮੀਰ ਤੱਕ ਕਿ ਅਸੀਂ ਇੰਨੀਆਂ ਨੌਕਰੀਆਂ ਦੇ ਦਿੱਤੀਆਂ, ਪੁਰਾਣੀ ਪੈਨਸ਼ਨ ਬਹਾਲ ਕਰ ਦਿੱਤੀ, ਐਡੇ ਐਡੇ ਸਾਡੇ ਮੁੱਖ ਮੰਤਰੀ ਨੇ ਬਿਆਨ ਦੇ ਦਿੱਤੇ, ਐਡੇ ਐਡੀ ਵੀਡੀਓ ਵਾਇਰਲ ਕਰ ਦਿੱਤੀਆਂ। ਜਦੋਂ ਅਸੀਂ ਪੁੱਛਦੇ ਹਾਂ ਕਿਹਨੂੰ ਪੁਰਾਣੀ ਪੈਨਸ਼ਨ ਲਾਗੂ ਕੀਤੀ ਹੈ, ਕਿੱਥੇ ਕੀਤੀ ਹੈ, ਤਾਂ ਸਾਡੇ ਨਾਲ ਗੱਲ ਕਰਨੇ ਤੋਂ ਵੀ ਭੱਜਦਾ। ਜਿਹੜਾ ਅੱਜ ਦਾ ਪ੍ਰੋਗਰਾਮ ਆ ਸਾਥੀਓ, ਜੇ ਚਪਕਾਉਣ ਨੂੰ ਅਸੀਂ ਸਵੇਰ ਦੇ ਚਪਕਾ ਸਕਦੇ ਸੀ, ਪਰ ਜੋ ਸਟੇਟ ਵਿੱਚ ਡਿਸਾਈਡ ਹੋਇਆ ਸੀ ਕਿ ਅਸੀਂ ਜਿਸ ਜ਼ਿਲ੍ਹੇ ਦੇ ਵਿੱਚ ਕੋਈ ਮੰਤਰੀ ਕੈਬਨਿਟ ਮੰਤਰੀ ਹੈ, ਜਾਂ ਜੇ ਕੇਵਲ ਕੈਬਨਿਟ ਮੰਤਰੀ ਨਹੀਂ ਉੱਥੇ ਦਾ ਕੋਈ ਸੀਨੀਅਰ MLA ਆ, ਉਹਦੇ ਵਾਸਤੇ ਅਸੀਂ ਕੁਐਸਚਨ ਤਿਆਰ ਕੀਤੇ ਹੋਏ ਆ, ਫਿਰ ਉਹਨੂੰ ਅਸੀਂ ਕੁਐਸਚਨ ਕਰਨੇ ਆ। ਜਿਸ ਤਰ੍ਹਾਂ ਸ਼ਾਇਦ ਯਾਦ ਹੋਏ ਤੁਹਾਨੂੰ, ਆਪਾਂ ਕਾਂਗਰਸ ਸਰਕਾਰ ਵੇਲੇ ਅੰਗ ਸਿੰਘ ਦੇ ਘਰ ਗਏ ਸੀਗੇ, ਕੋਠੀ ਦੇ ਅੰਦਰ ਆ ਸਕਾਏ ਵੀ ਜੇਕਰ ਗੱਲ ਕਰਨੀ ਸਾਡੇ ਨਾਲ ਬਾਹਰ ਜਿੱਥੇ ਅਸੀਂ ਬੈਠੇ ਉੱਥੇ ਆ ਕੇ ਗੱਲ ਕਰ, ਤੁਹਾਨੂੰ ਯਾਦ ਹੈ ਕਿ ਸਾਡੇ ਨਾਲ ਵਿੱਚ ਆਰ ਕੇ ਬੈਠਿਆ ਸੀ। ਸੋ ਇਸ ਕਰਕੇ ਅਸੀਂ ਥੋੜ੍ਹਾ ਸਮਾਂ ਦਿੱਤਾ ਉਹਨੂੰ, ਠੀਕ ਆ, ਪਹਿਲਾਂ ਸਾਡੇ ਨਾਲ 12 ਵਜੇ ਕਮਿਟਮੈਂਟ ਕੀਤੀ ਸੀਗੀ, ਜੇ ਉਹ ਤੋਂ ਬਾਅਦ ਕਹਿਤਾ 12:30, ਹੁਣ ਕਹਿੰਦੇ ਅਸੀਂ ਚੱਲ ਪਏ ਹਾਂ, 10 ਸਾਡੀ ਵੇਟ ਕਰ ਲਓ। ਅਸੀਂ ਇੱਥੇ ਬਿਠਾ ਕੇ ਕੁਐਸਚਨ ਕਰਨੇ ਹਾਂ ਕਿ ਜੇ ਤੁਸੀਂ ਕਹਿੰਦੇ ਆ ਜਾਂ ਤੁਹਾਡੀ ਸਰਕਾਰ ਕਹਿੰਦੀ ਹੈ NPS ਜਾਂ UPS ਬਹੁਤ ਵਧੀਆ, ਫਿਰ ਤੁਸੀਂ 2004 ਤੋਂ ਜਿਹੜੇ ਬਾਹਰ MLA ਬਣੇ ਆ, ਮੁੱਖ ਮੰਤਰੀ ਬਣੇ ਆ, ਪ੍ਰਧਾਨ ਮੰਤਰੀ ਬਣੇ ਆ, ਤੁਹਾਡੇ MLA ਬਣੇ ਆ, MP ਬਣੇ ਆ, ਉਹ ਕਹਿੰਦੇ ਨੇ NPS ਨੂੰ ਅਡੋਪਟ ਕਰਦੇ, ਤੁਸੀਂ ਕਿਉਂ ਪੁਰਾਣੀ ਪੈਨਸ਼ਨ ਮੰਗਦੇ ਆ? ਇਹ ਕੁਐਸਚਨ ਕਰਨੇ ਅਸੀਂ ਉਹਨੂੰ। ਪੰਜਾਬ ਸਰਕਾਰ ਮਰਦਾਬਾਦ।
ਪੰਜਾਬ ਸਰਕਾਰ ਮੁਰਦਾਬਾਦ। ਧਰਨੇ ਦੇਣ ਦਾ ਪ੍ਰੋਗਰਾਮ ਸੀ ਕਿਉਂਕਿ ਸਰਕਾਰ ਨੇ ਸਾਡੇ ਨਾਲ ਵੋਟਾਂ ਤੋਂ ਪਹਿਲਾਂ ਪੁਰਾਣੀ ਪੈਨਸ਼ਨ ਬਹਾਲ ਕਰਨ ਦਾ ਵਾਅਦਾ ਕੀਤਾ ਸੀ ਅਤੇ ਇਸ ਮੰਗ ਨੂੰ ਆਪਣੀ ਗਰੰਟੀ ਦੇ ਵਿੱਚ ਵੀ ਸ਼ਾਮਲ ਕੀਤਾ ਸੀ। ਸੋ ਅੱਜ ਸਾਡੀ ਜਥੇਬੰਦੀ ਵੱਲੋਂ ਪੰਜਾਬ ਦੇ ਮੁਲਾਜ਼ਮਾਂ ਦੇ ਵੱਲੋਂ ਸਰਕਾਰ ਦੇ ਲਈ ਕੁਝ ਸਵਾਲ ਹੈਗੇ ਆ ਜੋ ਸਾਡੇ ਮਨਾਂ ਦੇ ਵਿੱਚ ਹਰ ਵੇਲੇ ਚੱਲਦੇ ਰਹਿੰਦੇ ਆ। ਉਹ ਮੈਂ ਸਾਡੇ ਹਲਕੇ ਦੇ ਵਿਧਾਇਕ ਸੁਖਵਿੰਦਰ ਸੁੱਖੀ ਡਾਕਟਰ ਸਾਹਿਬ ਉਹਨਾਂ ਨੇ ਸਾਡੇ ਦਰਮਿਆਨ ਪਹੁੰਚੇ ਆ। ਬੇਸ਼ੱਕ ਸਾਨੂੰ ਲੰਬਾ ਸਮਾਂ ਉਹਨਾਂ ਦਾ ਇੰਤਜ਼ਾਰ ਕਰਨਾ ਪਿਆ, ਸਵੇਰ ਦੇ ਅਸੀਂ ਤਕਰੀਬਨ 9:30 ਤੋਂ ਸਾਡੇ ਸਾਥੀ ਇੱਥੇ ਬੈਠੇ ਹੋਏ ਆ ਅਤੇ ਹੁਣ ਟਾਈਮ ਜਿਹੜਾ ਆ ਤਕਰੀਬਨ 1:00 ਜੀ। ਸੋ ਸਾਨੂੰ ਲੰਬਾ ਸਮਾਂ ਇੰਤਜ਼ਾਰ ਕਰਨਾ ਪਿਆ, ਸਾਡੇ ਜਿਹੜੇ ਸਵਾਲ ਹੈਗੇ ਆ ਮੈਂ ਉਹ ਕਰਨੇ ਚਾਹੁੰਦਾ ਹਾਂ। ਆਪਣੀ ਜਥੇਬੰਦੀ ਵੱਲੋਂ ਬਣਦੇ ਸਾਰ ਹੀ ਪੁਰਾਣੀ ਪੈਨਸ਼ਨ ਬਹਾਲ ਕਰਨ ਦੀ ਗਰੰਟੀ ਦਿੱਤੀ ਸੀ ਜਿਹੜਾ ਆਪਾਂ ਸਾਰੇ ਜਾਣਦੇ ਹਾਂ, ਪਰ ਅਜੇ ਤੱਕ ਉਸਨੂੰ ਪੂਰਾ ਨਾ ਕਰਨ ਦਾ ਕੀ ਕਾਰਨ ਹੈ? ਉਹਦੇ ਲਈ ਨੋਟੀਫਿਕੇਸ਼ਨ ਵੀ ਬਕਾਇਦਾ ਤੌਰ 'ਤੇ ਹੋ ਚੁੱਕਿਆ ਹੈ। ਦੂਜਾ ਸਾਡਾ ਸਵਾਲ ਜਿਹੜਾ ਹੈਗਾ ਕਿ ਆਪ ਜੀ ਦੀ ਸਰਕਾਰ ਵੱਲੋਂ 18 ਨਵੰਬਰ 2022 ਨੂੰ, ਜਿਹਨੂੰ 2 ਸਾਲ ਹੋ ਜਾਣੇ ਨਵੰਬਰ ਮਹੀਨੇ ਦੇ ਵਿੱਚ, ਪੁਰਾਣੀ ਪੈਨਸ਼ਨ ਬਹਾਲ ਕਰਨ ਦਾ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਸੀ, ਪਰ ਅਜੇ ਤੱਕ ਇਹ ਨੋਟੀਫਿਕੇਸ਼ਨ ਲਾਗੂ ਕਿਉਂ ਨਹੀਂ ਕੀਤਾ? ਕਿਹੜੀ ਅੱਡੀ ਮਜਬੂਰੀ ਹੈਗੀ ਆ ਜਿਹੜਾ ਲਾਗੂ ਨਹੀਂ ਕੀਤਾ ਗਿਆ? ਅਗਲੀ ਸਾਡੀ ਹੈਗੀ ਹੈ ਕਿ ਲਗਭਗ 2 ਲੱਖ ਮੁਲਾਜ਼ਮਾਂ ਦੀ ਅਹਿਮ ਮੰਗ, ਪੁਰਾਣੀ ਪੈਨਸ਼ਨ ਦੇ ਮੁੱਦੇ ਨੂੰ ਆਪ ਜੀ ਵੱਲੋਂ ਲਗਭਗ 2.5 ਸਾਲ ਬੀਤ ਜਾਣ ਪਿੱਛੋਂ ਵੀ
ਵਿਧਾਨ ਸਭਾ ਦੇ ਕਿਸੇ ਸੈਸ਼ਨ ਦੇ ਵਿੱਚ ਕਿਉਂ ਨਹੀਂ ਚੁੱਕਿਆ ਗਿਆ? ਪਿਛਲੇ ਸੈਸ਼ਨ ਦੇ ਵਿੱਚ MLA ਸਾਹਿਬ ਨੇ ਇਹ ਮੰਗ ਚੁੱਕੀ ਸੀ ਬੇਸ਼ੱਕ, ਪਰ ਇਸ ਸਰਕਾਰ ਦੇ ਵਿੱਚ ਇਹ ਮੰਗ ਜਿਹੜੀ ਨਹੀਂ ਚੁੱਕੀ। ਜਦਕਿ ਬਾਕੀ ਸਾਰੇ ਜਿਹੜੇ ਵਿਧਾਇਕ ਹੈਗੇ ਆ, MP ਹੈਗੇ ਆ ਜਾਂ ਮੰਤਰੀ ਹੈਗੇ ਆ, ਉਹ ਸਾਰੇ ਪੁਰਾਣੀ ਪੈਨਸ਼ਨ ਲੈ ਰਹੇ ਤੇ ਮੁਲਾਜ਼ਮਾਂ ਨੂੰ ਇਹ ਪੈਨਸ਼ਨ ਕਿਉਂ ਨਹੀਂ ਦਿੱਤੀ ਜਾ ਰਹੀ? ਇਸ ਤੋਂ ਅੱਗੇ ਹੈਗਾ ਜੀ ਕਿ ਇੱਕ ਸਾਡੀ ਇਹ ਸਵਾਲ ਸਾਡਾ ਹੈਗਾ ਆ ਕਿ ਚਾਹੇ ਕੋਈ ਵਿਧਾਇਕ ਹੈਗਾ, ਚਾਹੇ ਕੋਈ MP ਹੈਗਾ, ਲੋਕ ਸਭਾ ਦਾ ਮੈਂਬਰ ਹੈਗਾ ਆ, ਉਹ ਜੇਕਰ ਕੁਝ ਸਮੇਂ ਲਈ ਵੀ ਵਿਧਾਇਕ ਚੁਣਿਆ ਜਾਵੇ, ਆਪ ਜੀ ਲਈ ਉਸੇ ਖਜ਼ਾਨੇ ਵਿੱਚੋਂ ਪੈਨਸ਼ਨ ਹੈ, ਪਰ ਇੱਕ ਸਰਕਾਰੀ ਮੁਲਾਜ਼ਮ ਜਿਹੜਾ 58 ਸਾਲ ਜਾਂ 60 ਸਾਲ ਤੱਕ ਸਰਕਾਰੀ ਨੌਕਰੀ ਕਰਦਾ ਹੈ, ਉਸ ਲਈ ਪੈਨਸ਼ਨ ਦੀ ਵਿਵਸਥਾ ਕਿਉਂ ਨਹੀਂ ਹੈ? ਇਸ ਤੋਂ ਅੱਗੇ ਹੈਗਾ ਜੀ, ਜਿਸ ਤਰ੍ਹਾਂ ਸਰਕਾਰਾਂ ਵੱਲੋਂ ਕਿਹਾ ਜਾਂਦਾ ਕਿ NPS ਬਹੁਤ ਵਧੀਆ ਸਕੀਮ ਆ, ਮੁਲਾਜ਼ਮਾਂ ਨੂੰ ਦੇ ਉੱਤੇ ਸਵਾਲ ਨਹੀਂ ਕਰਨਾ ਚਾਹੀਦਾ, ਕਿੰਤੂ ਪ੍ਰੰਤੂ ਨਹੀਂ ਕਰਨਾ ਚਾਹੀਦਾ, ਹੁਣ UPSC ਆ ਗਈ ਆ, ਤਾਂ ਅਸੀਂ ਪੁੱਛਣਾ ਚਾਹੁੰਦੇ ਕਿ ਜੇ ਇਹ ਸਕੀਮ ਇੰਨੀ ਵਧੀਆ ਆ ਤਾਂ ਇਸ ਨੂੰ ਸਰਕਾਰ ਦੇ ਜਿਹੜੇ ਵਿਧਾਇਕ ਹੈਗੇ ਆ ਜਾਂ ਮੰਤਰੀ ਹੈਗੇ ਆ ਉਹ ਆਪਣੇ ਲਈ ਲਾਗੂ ਕਿਉਂ ਨਹੀਂ ਕਰਦੇ ਹੈਗੇ? ਸੋ ਹੁਣ ਅਸੀਂ ਸਾਡਾ ਸਵਾਲ ਇਹ ਹੈਗਾ ਕਿ 2.5 ਸਾਲ ਰਹਿ ਗਏ ਆ, ਕੀ ਸਰਕਾਰ ਜਿਹੜੀ ਕਦੋਂ 2.5 ਸਾਲਾਂ ਦੇ ਵਿੱਚ ਇਹ ਜਿਹੜੀ ਪੈਨਸ਼ਨ ਹੈਗੀ ਆ, ਪੁਰਾਣੀ ਪੈਨਸ਼ਨ ਲਾਗੂ ਕਰੇਗੀ? ਇਹ ਸਾਡੀਆਂ ਜਿਹੜੀਆਂ ਸਾਡੇ ਸਵਾਲ ਹੈਗੇ ਆ। ਸੋ ਉਮੀਦ ਕਰਦਾ ਕਿ ਸਾਡੇ ਇਹਨਾਂ ਸਵਾਲਾਂ ਦੇ ਜਵਾਬ ਵਿਧਾਇਕ ਸਾਹਿਬ ਜ਼ਰੂਰ ਦੇਣਗੇ। ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਪੰਜਾਬ, ਇਹਨਾਂ ਦੇ ਸਾਰੇ ਹੀ ਅਹੁਦੇਦਾਰ ਸਾਹਿਬਾਨ, ਉਹਨਾਂ ਦੇ ਮੈਂਬਰ ਸਾਹਿਬਾਨ, ਸਭ ਤੋਂ ਪਹਿਲਾਂ ਤਾਂ ਫਤਿਹ ਵਾਲਾ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਵਾਲ ਤਾਂ ਤੁਹਾਡੇ ਬੜੇ ਤਿੱਖੇ ਆ, ਉਹਨਾਂ ਦੇ ਜਵਾਬ ਦੇਣਾ ਬੜਾ ਔਖਾ ਹੁੰਦਾ ਕਈ ਵਾਰੀ, ਕਿਉਂਕਿ ਨਾ ਸੱਚ ਤੁਹਾਡੇ ਸੁਣਿਆ ਜਾਣਾ ਨਾ ਮੈਂ ਕਹਿਣਾ ਚਾਹੁੰਦਾ। ਮੈਂ ਇਹ ਗੱਲ ਜ਼ਰੂਰ ਕਹੂੰਗਾ ਕਿ ਮੈਂ ਇਸ ਪੈਨਸ਼ਨ ਦੀ ਬਹਾਲੀ ਦੇ ਲਈ ਪਹਿਲਾਂ ਵੀ ਮੈਂ ਬੋਲਦਾ ਰਿਹਾ, ਔਰ ਸ਼ਾਇਦ ਮੈਂਬਰ ਸਾਹਿਬ ਜਿਹੜੇ ਬੋਲ ਰਹੇ ਸਪੀਕਰ ਸਾਹਿਬ, ਸ਼ਾਇਦ ਉਹਨਾਂ ਨੂੰ ਯਾਦ ਨਹੀਂ, ਮੈਂ ਇਸ ਵਿਧਾਨ ਸਭਾ ਦੇ ਵਿੱਚ ਵੀ 2 ਵਾਰੀ ਬੋਲ ਚੁੱਕਾ, ਕਿਉਂਕਿ ਜੇ ਤੁਸੀਂ ਨਹੀਂ ਸੁਣਦੇ ਤਾਂ ਮਤਲਬ ਇਹ ਨਹੀਂ ਕਿ ਮੈਂ ਗੂੰਗਾ ਬੋਲਾ ਆ। ਮੈਂ ਗੂੰਗਾ ਬੋਲਾ ਵਿਧਾਇਕ ਨਹੀਂ, ਮੈਂ ਉੱਥੇ ਆਪਣੀ ਗੱਲ ਰੱਖਣੀ ਜਾਣਦਾ ਔਰ ਮੈਂ ਕਰਦਾ ਆ। ਇਹ ਤੁਸੀਂ ਅਪ ਟੂ ਡੇਟ ਰਹਿਣਾ ਆਪਣਾ, ਇਹ ਤੁਹਾਡੀ ਡਿਊਟੀ ਆ, ਮੇਰੀ ਡਿਊਟੀ ਨਹੀਂ। ਬਾਕੀ ਗੱਲ ਇਹ, ਮੈਨੂੰ 1 ਮਹੀਨਾ ਹੋ ਗਿਆ ਮੈਂ ਆਮ ਆਦਮੀ ਪਾਰਟੀ 'ਚ ਆਇਆ। ਆਮ ਆਦਮੀ ਪਾਰਟੀ 'ਚ ਆਉਣ ਦਾ ਮਤਲਬ ਇਹ ਨਹੀਂ ਕਿ ਮੈਂ ਆਪਣੀਆਂ ਗੱਲਾਂ ਭੁੱਲ ਗਿਆ ਜਾਂ ਮੈਂ ਤੁਹਾਡੇ, ਕਿਉਂਕਿ ਤੁਸੀਂ ਸਾਰੇ ਮੇਰੇ ਆਪਣੇ ਹੋ, ਕੋਈ ਮੇਰੀ ਭੈਣ ਲੱਗਦੀ ਹੈ, ਕੋਈ ਕੁਛ ਲੱਗਦਾ, ਕੋਈ ਹੈ ਨਾ, ਜੇ ਮੈਂ ਅੱਧੀ ਰਿਸ਼ਤੇਦਾਰੀ ਕਰਾਉਣ ਲੱਗ ਪਿਆ ਤਾਂ ਅੱਧੀ ਰਿਸ਼ਤੇਦਾਰੀ ਮੇਰੀ ਇੱਥੇ ਘੜਿਆ ਨਹੀਂ। ਔਰ ਮੈਂ ਸਦਾ ਹੀ ਇਸ ਗੱਲ ਲਈ ਖੜਾ ਹਾਂ ਕਿ ਇਹਦੇ ਲਈ ਅਸੀਂ ਫਿਰ ਵੀ, ਮੈਂ ਪੰਜਾਬ ਦੇ ਚੀਫ ਮਿਨਿਸਟਰ ਸਾਹਿਬ ਨਾਲ ਗੱਲ ਕਰੂੰਗਾ। ਔਰ ਇਹ ਇਸ ਕਰਕੇ ਨਹੀਂ ਕਿ ਮੈਂ ਕੋਈ ਤੁਹਾਡੇ ਤੋਂ ਵੀ ਤੁਸੀਂ ਇਕੱਠੇ ਆ ਗਏ ਹੋਏ ਹੋ, ਕਿਉਂਕਿ ਮੈਂ ਪਹਿਲਾਂ ਇੱਥੋਂ ਸ਼ੁਰੂ ਕੀਤੀ, ਜੇ ਮੈਂ ਸੱਚ ਬੋਲਿਆ ਵੀ ਤਾਂ ਤੂੰ ਸੁਣਿਆ ਨਹੀਂ ਜਾਣਾ। ਮੈਂ ਇਹ ਗੱਲ ਜ਼ਰੂਰ ਕਹੂੰਗਾ ਕਿ ਮੈਂ ਤੁਹਾਡੇ ਨਾਲ ਖੜਾ ਹਾਂ, ਵੋਟਾਂ ਆਉਣੀਆਂ ਜਾਣੀਆਂ, MLA ਬਣਦੇ ਬਣਾਉਂਦੇ ਸਭ ਤੁਸੀਂ ਬਣਾਇਆ, ਅੱਗੇ ਵੀ ਮੈਨੂੰ ਉਹਨਾਂ ਹਾਲਾਤਾਂ 'ਚ ਬਣਾਇਆ ਜਦੋਂ ਕਹਿੰਦੇ ਸੀ ਵੀ ਇਹਨਾਂ ਨੇ ਬਣਨਾ ਨਹੀਂ, ਫਿਰ ਵੀ ਤੁਸੀਂ ਬਣਾਤਾ ਹੈ ਨਾ। ਅਤੇ ਫਿਰ ਮੈਂ ਇੱਕ ਗੱਲ ਜ਼ਰੂਰ ਜਾਣਿਓ ਕਿ ਇਹ ਤੁਹਾਡੀ ਮੰਗ ਨਹੀਂ, ਇਹ ਮੇਰੀ ਮੰਗ ਆ। ਮੈਂ ਚਾਹੁੰਦਾ ਕਿਉਂਕਿ ਮੈਂ ਤੁਹਾਡੇ ਵਿੱਚੋਂ ਹੀ ਗਿਆ, ਮੈਂ ਵੀ ਇੱਕ ਦਿਨ ਮੁਲਾਜ਼ਮ ਸੀ, ਮੈਂ ਵੀ ਕਹਿੰਦਾ ਮਤਲਬ ਇਸ ਗੱਲ ਦੀ ਕਦਾ ਸਦਾ ਹੀ ਕਿ ਜਿਹੜੇ ਤੁਹਾਡੇ ਹੱਕ ਨੇ, ਕਹਿੰਦਾ ਮਤਲਬ ਮੈਂ ਮਹਿਸੂਸ ਕਰਦਾ ਕਿ ਤੁਹਾਡੇ ਬੁਢਾਪੇ ਦੇ ਵਿੱਚ ਜਿਹੜਾ ਵੀ ਬੰਦਾ ਨੌਕਰੀ ਕਰਦਾ ਉਹਨੂੰ ਕੁਛ ਨਾ ਕੁਛ ਜ਼ਰੂਰ ਮਿਲਣਾ ਚਾਹੀਦਾ, ਤਾਂ ਕਿ ਉਹ ਕਿਸੇ ਬੁਰੇ ਹੱਥ ਨਾ ਅੱਡੇ, ਆਪਣੀ ਜਿਹੜੀ ਕੀਤੀ ਹੋਈ ਮਿਹਨਤ ਸਾਰੀ ਜ਼ਿੰਦਗੀ ਜਿਹੜੀ ਉਹਨੇ ਸਰਕਾਰ 'ਤੇ ਲਾਈ, ਉਹਦਾ ਕੁਛ ਨਾ ਕੁਛ ਉਹਨੂੰ ਮਿਲਣਾ ਚਾਹੀਦਾ।
ਪਰ ਬਾਕੀ ਗੱਲ ਰਹੀ ਕਿ ਵਿਧਾਇਕਾਂ ਨੂੰ ਆਹ ਨਹੀਂ ਮਿਲਦਾ, ਪਰ ਇਹ ਬੜਾ ਸੁਖੁੱਲਾ ਜਿਹਾ ਹੁੰਦਾ ਕਿ ਆਪਾਂ ਨੂੰ ਸਾਰਿਆਂ ਨੂੰ ਵਿਧਾਇਕ ਹੀ ਬਣਨਾ ਚਾਹੀਦਾ, ਮਿਹਨਤੀ ਬਣਨਾ ਚਾਹੀਦਾ, ਇੱਦਾਂ ਦੀਆਂ ਗੱਲਾਂ 'ਚ ਨਹੀਂ ਪੈਣਾ ਚਾਹੀਦਾ। ਮੈਂ ਇਹ ਕੌੜੀਆਂ ਗੱਲਾਂ ਹੁੰਦੀਆਂ ਜਾਂਦਾ ਜਿਹੜੀ ਆਪਾਂ ਕਰ ਨਹੀਂ ਸਕਦੇ, ਆਪਾਂ ਕਹਿ ਨਹੀਂ ਸਕਦੇ, ਉਹਦੇ ਕਿਉਂ ਪੈਣਾ। ਮੈਂ ਕਹਿੰਦਾ ਮਤਲਬ ਦੇਖੋ, ਜਦ ਅਸੀਂ ਨਾ ਕੋਈ ਵਿਧਾਇਕ ਲੈ ਕੇ ਜਾਓ ਕਿਸੇ ਕੋਲ ਵੀ 117 'ਚ, ਮੈਂ ਤਾਂ ਖੁੱਲ੍ਹ ਕੇ ਵਕਾਲਤ ਕੀਤੀ ਇਹਦੀ। ਜੇ ਖੁੱਲ੍ਹ ਕੇ ਨਹੀਂ ਕੀਤੀ ਤੁਹਾਡੇ, ਤੁਸੀਂ ਸਾਰੇ ਬੈਠੇ ਹੋ, ਤੁਸੀਂ ਕਹਿ ਸਕਦੇ ਹੋ। ਕਹਿੰਦਾ ਮਤਲਬ ਹਾਂ, ਅਜੇ ਇੱਕ ਮਹੀਨੇ 'ਚ ਕੋਈ ਸੈਸ਼ਨ ਹੀ ਨਹੀਂ ਆਇਆ। ਜਿੱਦਣ ਆਇਆ ਤਾਂ ਮੈਂ ਉੱਦਣ, ਤੁਹਾਨੂੰ ਪਤਾ ਕਿ ਮੈਂ ਅਜੇ 2 ਦਿਨ ਹੋਏ ਸੀ ਮੈਨੂੰ ਆਮ ਆਦਮੀ ਪਾਰਟੀ 'ਚ ਗਏ ਨੂੰ, ਔਰ 2 ਦਿਨਾਂ ਬਾਅਦ ਹੀ ਮੈਂ ਇੱਦਾਂ ਦੀਆਂ ਗੱਲਾਂ ਕਰਦਾ, ਤੁਹਾਨੂੰ ਆਪਣੇ ਆਪ ਲੱਗੇਗਾ ਕਿ ਇਸ ਤਰ੍ਹਾਂ। ਬਾਕੀ ਜਦੋਂ ਵੀ ਸੈਸ਼ਨ ਆਇਆ, ਵਿਧਾਨ ਸਭਾ ਦਾ ਸੈਸ਼ਨ ਆਉਣੇ ਆ, ਮੈਂ ਤੁਹਾਨੂੰ ਵਿਸ਼ਵਾਸ ਦਵਾਂਗਾ ਕਿ ਇਹਦੇ ਲਈ ਮੈਂ ਇੰਡੀਵਿਜੁਅਲ ਤੌਰ 'ਤੇ ਵੀ CM ਸਾਹਿਬ ਨੂੰ ਮਿਲੂੰਗਾ, ਔਰ ਫਾਈਨੈਂਸ ਮਿਨਿਸਟਰ ਨੂੰ ਮੈਂ ਕਈ ਵਾਰੀ ਕਿਹਾ ਵੀ ਤੁਸੀਂ ਵੀ ਧਰਨੇ 'ਤੇ ਬੈਠਦੇ ਸੀ, ਅਸੀਂ ਵੀ ਧਰਨੇ 'ਤੇ ਬੈਠਦੇ ਸੀ, ਆਪਾਂ ਇਹਦੇ ਦਾ ਕੋਈ ਹੱਲ ਕੱਢੀਏ। ਪਰ ਮੈਨੂੰ ਲੱਗਦਾ ਸਰਕਾਰ ਚਾਹੁੰਦੀ ਵੀ ਆ, ਕੁਛ ਗੱਲਾਂ ਹੁੰਦੀਆਂ, ਕੋਈ ਫਾਈਨੈਂਸ਼ੀਅਲ ਪ੍ਰੋਬਲਮਸ ਹੁੰਦੀਆਂ, ਕਹਿੰਦਾ ਮਤਲਬ ਜਿਹਦੇ ਕਿ ਨਹੀਂ ਹੋ ਸਕਦਾ। ਪਰ ਦੇਖੋ ਇਹਦੇ ਵਿੱਚ ਅੱਗੇ ਜੇ ਤੁਸੀਂ ਬਹੁਤ ਡੈਪਥ ਵਿੱਚ ਜਾਓ, ਪੰਜਾਬ ਸਰਕਾਰ ਇਹ ਕਰਨਾ ਚਾਹੁੰਦੀ ਹੈ, ਪਰ ਜਿਹੜੀ ਸੈਂਟਰ ਦੀ ਸਰਕਾਰ ਆ ਉਹ ਇਹਦੇ ਵਿੱਚ ਉਹ ਹੱਥ ਪੱਲਾ ਨਹੀਂ ਫੜਾਉਂਦੀ। ਤੁਸੀਂ ਦੇਖਿਆ ਹੋਣਾ ਜਿਹੜੇ ਸੈਂਟਰ ਦੇ ਮੁਲਾਜ਼ਮ ਵੀ ਜਿਹੜੇ ਆ, ਉਹਨਾਂ ਦੀਆਂ ਵੀ ਗਾਈਡਲਾਈਨ ਸੁਪਰੀਮ ਕੋਰਟ ਤੱਕ ਦੀਆਂ ਗਾਈਡਲਾਈਨਸ ਆ ਗਈਆਂ, ਪਰ ਜੇ ਤੱਕ ਉਹ ਬਹਾਲੀ ਹੋਈ ਨਹੀਂ, ਬਹਾਲੀ ਹੋਈ ਨਹੀਂ। ਸੋ ਮੈਂ ਕਿਉਂਕਿ ਇਹਨੂੰ ਟੈਕਨੀਕਲ ਇਹਦੀ ਗੱਲ ਸਮਝ ਕੇ ਮੈਂ ਤੁਹਾਤੋਂ ਹੀ ਸਮਝੂੰਗਾ। ਜੇ ਮੈਨੂੰ ਕਹੋ ਕਿ ਮੈਨੂੰ ਗੱਲ ਨਹੀਂ ਆਉਂਦੀ, ਮੈਨੂੰ ਪਤਾ ਨਹੀਂ, ਮੈਨੂੰ ਉਹਦੇ ਬਾਰੇ ਬਹੁਤ ਟੈਕਨੀਕਲੀ ਅਸੀਂ ਕਿੱਥੇ ਖੜਨਾ ਹੈ, ਮੈਂ ਗੱਲ ਕਰ ਸਕਦਾ ਤੁਹਾਡੀ, ਜਿੱਦਾਂ ਕੋ ਉੱਦਾਂ ਕਰੂੰਗਾ, ਪਰ ਨਾਲ ਟੈਕਨੀਕਲੀ ਸਾਨੂੰ ਕੁਛ ਸਮਝਣਾ ਵੀ ਪਏਗਾ ਵੀ ਕਿੱਥੇ ਸਰਕਾਰਾਂ ਅੜ ਜਾਂਦੀਆਂ। ਸੋ ਮੈਂ ਤੁਹਾਨੂੰ ਵਿਸ਼ਵਾਸ ਦਿਵਾਉਣਾ ਕਿ ਮੈਂ ਤੁਹਾਡੇ ਨਾਲ ਖੜਾ ਹਾਂ, ਖੜਾ ਰਹੂੰਗਾ। ਬਾਕੀ ਇੱਕ ਗੱਲ ਮੈਂ ਜ਼ਰੂਰ ਕਹੂੰਗਾ ਕਿ ਮੈਂ, ਮੇਰੇ ਕੋਲ ਇੱਕ ਸਾਥੀ ਆਏ ਸੀ ਪਰਸੋਂ ਚੌਥ ਜਾਏ, ਉਹਨਾਂ ਨੇ ਮੇਰੇ ਕੋਲ ਕਹਿੰਦੇ ਸੀ ਤੁਹਾਨੂੰ ਮਿਲਣਾ, ਮੈਂ ਉਹਨਾਂ ਇੱਕੋ ਗੱਲ ਕਹੀ, ਮੈਂ ਕਿਹਾ ਬਈ ਮੈਨੂੰ ਤੁਸੀਂ ਟਾਈਮ ਲੈ ਲਿਓ ਮਿਲਣਾ, ਵੀ ਮੈਂ ਕਈ ਵਾਰੀ ਨਵਾਂ, ਦੇਖੋ 11:30 ਦੱਸਿਆ, ਮੈਂ ਕਿਹਾ 11:30 ਤੱਕ ਪੱਕਾ ਹੀ ਦੁਨੀਆ ਮੀਂਹ ਨੇਰੀ ਜੋ ਮਰਜ਼ੀ ਹੋਵੇ 11:30 ਤੱਕ ਮੈਂ ਆਪਣੇ ਹੋਸਪਿਟਲ ਰਹਿਣਾ ਹੀ ਰਹਿਣਾ, ਨਹੀਂ ਤਾਂ ਮੈਂ ਤੁਹਾਡੀਆਂ ਬਦਲੀਆਂ ਤੁਹਾਡੇ ਤੋਂ ਪਹਿਲਿਆ ਕਰੂੰਗਾ ਜੇ ਮੈਂ ਇੱਥੇ ਨਾ ਰਵਾਂ। ਇਹ ਵੀ ਗੱਲ ਸੁਣ ਲਿਓ, ਜੇ 11:30 ਤੱਕ ਮੈਂ ਆਪਣਾ ਕੰਮ ਨਾ ਕਰਾਂ ਨਾ, ਤਾਂ ਤੁਹਾਡੇ ਤੋਂ ਬਦਲੀਆਂ ਦੇ ਪਹਿਲਿਆ ਕਰੂੰਗਾ, ਜਿਹੜੇ ਚੱਲਦੇ ਅੱਜ ਵੀ ਚੱਲਦੇ ਸੀ ਇੱਥੇ, ਤੁਸੀਂ ਉੱਥੇ ਨਹੀਂ ਬੋਲੇ, ਕਦੀ ਵੀ ਨਹੀਂ ਬੋਲੇ, ਤੁਸੀਂ ਕਦੀ ਨਹੀਂ ਕਹਿੰਦੇ ਮਤਲਬ ਇੱਥੇ ਜਿਹੜਾ ਜੋ ਸਿਸਟਮ ਚੱਲਦਾ। ਆਵਾਜ਼ ਤਾਂ ਯਾਰ ਆਪਾਂ ਹੀ ਉਠਾਉਣੀ ਆ ਇੱਥੇ, ਤੁਸੀਂ 5-5, 7-7 ਮਰਲੇ ਜ਼ਮੀਨ ਖਰੀਦਦੇ ਹੋ, ਉੱਥੇ ਜਾ ਰਜਿਸਟਰੀ ਕਰਾਉਣ ਜਾਂਦੇ ਹੋ, ਫਿਰ ਅਗਲਾ ਕਹਿੰਦਾ ਮੈਨੂੰ ਪੈਸੇ ਦਿਓ, ਕਹਿ ਦਿੰਦੇ ਹੋ ਨਾ, ਉਹਦੇ ਖਿਲਾਫ ਆਵਾਜ਼ ਨਹੀਂ ਉਠਾਈ ਜਾਂਦੀ। ਸੋ ਮੈਂ ਇਹ ਸਾਥੀ ਨੂੰ ਕਿਹਾ ਸੀ ਕਿ ਮੈਂ 11:30 ਤੱਕ ਹਸਪਤਾਲ ਹੁੰਦਾ, ਜਦੋਂ ਮਰਜ਼ੀ ਆ ਜਾਓ, ਤੁਹਾਡਾ ਘਰ ਆ, ਅੱਧੀ ਰਾਤ ਨੂੰ ਵੀ ਕਹੋਗੇ ਮੈਨੂੰ ਕੀ ਫਰਕ ਪੈਂਦਾ, ਮੇਰੇ ਕਿਹੜਾ ਉੱਥੇ ਕੋਈ ਇੱਦਾਂ ਦਾ ਕੰਮ ਆ ਕਿ ਮੇਰੇ ਘਰ ਤੁਹਾਨੂੰ ਆਉਣ ਲਈ, ਉੱਦਾਂ ਵੀ ਤੁਸੀਂ ਆਉਂਦੇ ਹੀ ਰਹਿੰਦੇ ਹੋ, ਉੱਦਾਂ ਵੀ ਆਪਾਂ ਮਿਲਦੇ ਹੀ ਰਹਿੰਦੇ ਇੱਕ ਦੂਜੇ ਦੇ ਫੰਕਸ਼ਨਾਂ 'ਚ, ਇੱਕ ਦੂਜੇ ਦੇ ਨੇੜੇ ਆ, ਅਸੀਂ ਕਹਿੰਦਾ ਮਤਲਬ ਤੁਸੀਂ ਅੱਧੀ ਘੰਟੇ ਜਿਹੜੀ ਅੱਧੀ ਰਾਤ ਨੂੰ ਵੀ ਤੁਹਾਨੂੰ ਲੱਗੇ ਕਿ ਮੇਰੀ ਲੋੜ ਆ ਨਾ MLA ਦੀ, ਤਾਂ ਤੁਸੀਂ ਮੇਰੇ ਕੋਲ ਆ ਸਕਦੇ ਹੋ। ਬਾਕੀ ਮੈਂ ਉਹਨੂੰ ਕਿਹਾ ਸੀ ਵੀ 11:30 ਤੱਕ ਉੱਥੇ ਨੂੰ, ਉਸ ਤੋਂ ਬਾਅਦ ਮੇਰੇ ਤੋਂ ਟਾਈਮ ਫਿਕਸ ਕਰ ਲਿਓ, ਮੇਰੇ ਨਾਲ ਕੋਈ ਟਾਈਮ ਨਹੀਂ ਫਿਕਸ ਹੋਇਆ, ਮੇਰੇ ਨਾਲ ਕੋਈ ਟਾਈਮ ਫਿਕਸ ਨਹੀਂ ਹੋਇਆ ਉਹਨਾਂ ਨੇ, ਮੈਂ ਉਹਨੂੰ ਕਹੀ ਮੈਨੂੰ ਫੋਨ ਕਰਿਓ, ਕੋਈ ਟਾਈਮ ਨਹੀਂ ਫਿਕਸ ਹੋਇਆ। ਜਦੋਂ ਮੈਂ 9:30 ਕੀ ਹੈ, ਮੈਂ 9:30 ਮੈਂ 9:30 ਸਿੱਧਾ ਇੱਥੇ ਆ ਜਾਂਦਾ, ਇਸ ਕਰਕੇ ਜਿਹੜੀ ਤੁਹਾਨੂੰ ਇਹ ਤੰਗੀ ਹੋਈ ਆ ਉਹ ਮੇਰੀ ਗਲਤੀ ਨਹੀਂ ਹੈਗੀ, ਤੁਸੀਂ ਮੇਰੇ ਨਾਲ 9:30 ਮਤਲਬ ਕਹਿੰਦਾ ਮੇਰੇ ਘਰੇ ਆ ਜਾਓ, ਘਰੇ ਤਾਂ ਆਈ ਸਕਦੇ ਸੀ ਨਾ ਮੇਰੇ, ਇਹ ਤਾਂ ਮੈਂ ਤੁਹਾਨੂੰ ਪਤਾ ਇੱਥੇ ਮੈਂ ਰਹਿੰਦਾ ਨਹੀਂ, ਇਹ ਤਾਂ ਜਦੋਂ ਮੈਨੂੰ ਤੀਰਥ ਨੇ ਦੱਸਿਆ ਵੀ ਉਹ ਆਏ, ਮੈਂ ਯਾਰ ਕਿਹਨੂੰ ਪੁੱਛ ਕੇ ਆਇਆ, ਮੈਂ ਮੇਰੇ ਨਾਲ ਜਦੋਂ ਇਹ ਤੁਹਾਡੇ ਨਾਲ ਡਿਸਕਸ਼ਨ ਹੋਈ ਹੈ ਮੇਰੀ,
ਮੇਰੇ ਨਾਲ ਬਹਿ ਕੇ ਗੱਲ ਕੀਤੀ ਹੈ ਵੀ ਆਪਾਂ ਟਾਈਮ, ਮੈਨੂੰ ਜੇ ਪਤਾ ਹੁੰਦਾ ਮੈਂ ਉਸਾ ਨਾਂ ਦਾ, ਪਰ ਜਿਸ ਬੰਦੇ ਨੇ ਮੇਰੇ ਨਾਲ ਗੱਲ ਕੀਤੀ ਹੈ ਉਹ ਬੰਦੇ ਨੂੰ ਜ਼ਰੂਰ ਪਤਾ ਹੋਣਾ ਚਾਹੀਦਾ ਕਿ ਮੈਂ ਉਹਨੂੰ ਇਹ ਦੱਸਿਆ ਵੀ ਟਾਈਮ ਸਿਰ ਟਾਈਮ ਫਿਕਸ ਕਰਿਓ ਮੇਰੇ ਨਾਲ। ਬਾਕੀ ਤੁਸੀਂ 11:30 ਤੱਕ ਕੋਈ ਦਿਨ ਹੋਵੇ ਐਤਵਾਰ ਨੂੰ ਛੱਡ ਕੇ 11:30 ਤੱਕ ਸਦਾ ਹੀ ਹਸਪਤਾਲ ਹੁੰਦਾ ਮੈਂ, ਇਹ ਡਿਊਟੀ ਹੈ। ਕਹਿੰਦਾ ਮਤਲਬ ਬੇਸ਼ੱਕ ਕਿਸੇ ਨੇ ਮੈਨੂੰ ਵੋਟ ਪਾਈ ਨਹੀਂ ਪਾਈ ਕਿਸੇ ਨੇ, ਪਰ ਜਿੱਤਿਆ ਤਾਂ ਮੈਂ ਹੈ ਨਾ, ਇੱਥੋਂ ਜਿੱਤ ਕੇ ਤਾਂ ਮੈਂ ਇੱਥੋਂ ਗਿਆ, ਤੁਸੀਂ ਜਿਤਾਇਆ ਹੋਣਾ ਮੈਨੂੰ। ਸੋ ਇਸ ਕਰਕੇ ਕਦੀ ਵੀ ਕਿਸੇ ਟਾਈਮ ਵੀ ਇਹ ਨਾ ਸੋਚੋ ਕਿ ਤੁਹਾਨੂੰ ਘੱਟ ਤੋਂ ਘੱਟ ਸੁੱਖੀ ਕੋਲ ਜਾਣ ਲਈ ਤੁਹਾਨੂੰ 2.5 ਘੰਟੇ ਲੋੜ ਨਹੀਂ ਪੈਣੀ, ਜੇ ਤੁਸੀਂ 6:30 ਵੀ ਉੱਠੋਗੇ ਮੈਂ ਤੁਹਾਨੂੰ ਕਿਤੇ ਨਾ ਕਿਤੇ ਮਿਲ ਜਾਣਾ ਕਿਸੇ ਥਾਂ 'ਤੇ। ਸੋ ਮੈਨੂੰ ਇਹ ਕਈ ਵਾਰੀ ਅਫਸੋਸ ਹੁੰਦਾ ਕਿ ਜਦੋਂ ਆਪਾਂ ਸਾਡੀ ਕਮਿਊਨੀਕੇਸ਼ਨ ਤੋਂ ਤੁਸੀਂ ਪੜ੍ਹਿਆ ਲਿਖਿਆ ਵਰਗ ਹੋ, ਤੁਹਾਡੇ ਤੋਂ ਤੁਹਾਡੇ ਵਰਗੇ ਟੀਚਰਾਂ ਤੋਂ ਪੜ੍ਹ ਕੇ ਇੱਥੇ ਪਹੁੰਚੇ ਹਾਂ। ਮੰਗਾਂ ਨੇ, ਇੱਕ ਵਾਰ ਫਿਰ ਮੈਂ ਲਾਸਟ ਵਿੱਚ ਇਹ ਗੱਲ ਕਰੂੰਗਾ, ਇਹ ਤੁਹਾਡੀਆਂ ਮੰਗਾਂ ਜਾਇਜ਼ ਨੇ ਔਰ ਇਹਦੀ ਉਹਦੀ ਲੜਾਈ, ਕਿਉਂਕਿ ਜ਼ਰੂਰੀ ਹੈ ਨਹੀਂ ਜਿਹੜੀ ਸਰਕਾਰ ਦੇ ਵਿੱਚ ਰਹਿ ਕੇ ਅਸੀਂ ਸਰਕਾਰ ਨੂੰ ਨਹੀਂ ਕਹਿ ਸਕਦੇ, ਸਾਰੇ MLA ਤੁਹਾਡਾ ਹੀ ਪਾਰਟ ਆ। ਮੈਂ ਜੇ ਤੁਸੀਂ ਇੱਕ ਵਾਰੀ ਠਾਣ ਲਓ ਨਾ, ਇੱਕ ਵਾਰੀ ਠਾਣ ਆਪਣਾ ਆ ਜਾਓ ਮਨ 'ਤੇ, ਤਾਂ ਫਿਰ ਕਹਿੰਦਾ ਮੰਨ ਲਓ ਹਰ MLA ਤੁਹਾਡੀ ਗੱਲ ਸੁਣੂਗਾ। ਮੈਂ ਤੁਹਾਨੂੰ ਵਿਸ਼ਵਾਸ ਦਵਾਉਣਾ ਕਿ ਇਹ ਮੰਗ ਮੈਂ ਫਿਰ ਚੁੱਕੂੰਗਾ। ਜਿਹਨਾਂ ਸਾਥੀਆਂ ਨੂੰ ਇਸ ਗੱਲ ਦੀ ਜਾਣਕਾਰੀ ਨਹੀਂ ਕਿ ਮੈਂ ਇਸ ਵਿਧਾਨ ਸਭਾ 'ਚ ਨਹੀਂ ਬੋਲਿਆ, ਤਾਂ ਰਿਕਾਰਡ ਕਢਾਓ, 2 ਵਾਰੀ ਮੈਂ ਇਸ ਸਰਕਾਰ 'ਚ ਬੋਲਿਆ ਔਰ ਚੀਮਾ ਸਾਹਿਬ ਨੂੰ ਸੰਬੋਧਨ ਕਰਕੇ ਬੋਲਿਆ। ਇਹ ਵੀ ਸ਼ਾਇਦ ਤੁਹਾਨੂੰ, ਕਿਉਂਕਿ ਚੀਮਾ ਸਾਹਿਬ ਤਾਂ ਪਿਛਲੀ ਵਾਰ ਤਾਂ ਮੇਰੇ ਵਾਲੇ ਪਾਸੇ ਬੈਠਦੇ ਸੀ, ਪਿਛਲੀ ਵਾਰ ਕਰ ਚੁੱਕੇ ਸੀ, ਉੱਥੇ ਬੜਾ ਤੁਸੀਂ ਲਾਈਕ ਡਿਸਲਾਈਕ ਸਾਰੇ ਭੇਜੇ ਸੀ ਮੈਨੂੰ। ਜਦੋਂ ਉੱਧਰ ਚੀਮਾ ਸਾਹਿਬ ਚਲੇ ਗਏ ਉਸ ਵੇਲੇ ਵੀ ਮੈਂ ਇੱਧਰੋਂ ਬੋਲਿਆ ਸੀ, ਸ਼ਾਇਦ ਉਹ ਸੁਣਿਆ ਨਹੀਂ। ਪੰਜਾਬ ਲਈ ਸਰ ਸੀਗਾ ਇਹ, ਮੈਂ ਇਨਫੋਰਮੇਸ਼ਨ ਵੀ ਦਊਂਗਾ, ਇਹ ਮੇਰੀ ਡਿਊਟੀ ਆ। ਇਸ ਕਰਕੇ ਅੱਜ ਫਿਰ ਕੋਈ ਸੋਰੀ ਕਿ ਤੁਸੀਂ ਬਿਨ ਵਜਾ ਹੀ 2-3 ਘੰਟੇ ਬੈਠੇ, ਇਹ ਤਾਂ ਸਾਰੇ ਬੈਠੇ ਦਾ ਕੋਈ ਫਰਕ ਨਹੀਂ ਪੜਿਆ, ਤੁਸੀਂ ਸਾਡੇ ਦਿਲਿਆਂ ਸਾਡੇ ਬਹੁਤ ਹੀ ਸਤਿਕਾਰਯੋਗ ਹਲਕਾ ਵਿਧਾਇਕ ਡਾਕਟਰ ਸੁਖਵਿੰਦਰ ਸੁੱਖੀ ਜੀ ਪਹੁੰਚੇ, ਅਸੀਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਡਾਕਟਰ ਸਾਹਿਬ, ਜਿਹੜਾ ਤੁਸੀਂ ਕਿਹਾ ਭਈ ਸ਼ਾਇਦ ਸਾਡੇ ਸਾਥੀਆਂ ਨੇ ਵਿਧਾਨ ਸਭਾ 'ਚ ਤੁਹਾਡੇ ਬੋਲਣ ਬਾਰੇ ਨਹੀਂ ਸੁਣਿਆ, ਜਿੰਨੇ ਵੀ ਸਵੇਰ ਦੇ ਬੁਲਾਰੇ ਬੋਲੇ ਆ, ਅਸੀਂ ਇੱਕੋ ਗੱਲ ਇਹ ਸਾਰਿਆਂ ਨੂੰ ਦੱਸੀ ਆ ਕਿ ਜੇਕਰ ਅੱਜ ਅਸੀਂ ਹਲਕਾ ਵਿਧਾਇਕ ਮੰਗਾਂ, ਸਾਰੇ ਸਾਥੀ ਇਸ ਗੱਲ ਨੂੰ ਭਲੀ ਭਾਂਤ ਜਾਣਦੇ ਆ। ਸੋ ਸਾਨੂੰ ਇਹ ਸੀ ਕਿ ਜਦੋਂ ਵਿਰੋਧੀ ਧਿਰ ਵਿੱਚ ਬੈਠੇ ਸੀ ਉਦੋਂ ਸਾਡੀ ਗੱਲ ਬੜੀ ਜ਼ੋਰ ਸ਼ੋਰ ਨਾਲ ਉਠਾਈ ਜਾਂਦੀ ਸੀਗੀ, ਕਿ ਹੁਣ ਵੀ ਤੁਸੀਂ ਆਪਣੀ ਸਰਕਾਰ ਵਿੱਚ ਸਾਡੀ ਮੰਗ ਜਿਹੜੀ ਜ਼ੋਰ ਸ਼ੋਰ ਨਾਲ ਉਨੇ ਨਾਲ ਉਠਾਓਗੇ, ਇਸ ਕਰਕੇ ਅਸੀਂ ਤੁਹਾਨੂੰ ਮਿਲਣਾ ਚਾਹੁੰਦੇ ਸੀ। ਬਾਕੀ MLA ਹੋਰ ਵੀ ਹੈਗੇ, ਅਸੀਂ ਕਿਸੇ ਹੋਰ MLA ਨੂੰ ਨਹੀਂ ਚੁਣਿਆ ਕਿਉਂਕਿ ਸਾਨੂੰ ਤੁਹਾਡੇ 'ਤੇ ਵਿਸ਼ਵਾਸ ਆ, ਤੁਹਾਡੇ 'ਤੇ ਭਰੋਸਾ, ਸਾਨੂੰ ਪਤਾ ਵੀ ਕੌਣ ਬੰਦਾ ਕਿਹੜੀ ਗੱਲ ਨੂੰ ਕਿਹੜੇ ਢੰਗ ਨਾਲ ਰੀਪ੍ਰਜੈਂਟ ਕਰ ਸਕਦਾ, ਉਹ ਤੁਹਾਡੇ ਵਿੱਚ ਕੈਪੇਬਿਲਿਟੀ ਹੈ। ਸੋ ਦੂਸਰੀ ਗੱਲ ਜਿਹੜੀ ਗੱਲ ਹੈ ਸਮੇਂ ਦੀ, ਸਾਡੇ ਸਾਥੀ ਤੁਹਾਡੇ ਕੋਲ ਆਏ ਸੀ ਸਰ, ਤੁਸੀਂ 12 ਵਜੇ ਟਾਈਮ ਦਿੱਤਾ ਸੀ ਇਹਨਾਂ ਨੂੰ, ਜਾਂ ਫਿਰ ਤੁਹਾਡੇ PA ਸਾਹਿਬ ਨੋਟ ਨਹੀਂ ਕੀਤਾ, ਜਾਂ ਜੇਕਰ ਸਾਨੂੰ 12 ਵਜੇ ਕਿਹਾ ਸੀ, ਇੱਕ ਮਿੰਟ ਸਰ, ਜੇ ਜਿਹੜੀ ਤੁਸੀਂ ਦੂਸਰੀ ਗੱਲ ਕੀਤੀ ਤੇ ਮੇਰੇ ਹੋਸਪਿਟਲ, ਉਹ ਸਰ ਤੁਹਾਡਾ ਨਿੱਜੀ ਕਿੱਤਾ, ਕਿਉਂਕਿ ਸਾਡੀ ਲੜਾਈ ਤੁਹਾਡੇ ਨਾਲ ਨਿੱਜੀ ਨਹੀਂ ਹੈ, ਸਾਡੀ ਲੜਾਈ ਸਰਕਾਰ ਨਾਲ ਸਿਸਟਮ ਨਾਲ ਆ, ਕਿਉਂਕਿ ਜੇਕਰ ਅਸੀਂ ਉੱਥੇ ਜਾਂਦੇ, ਉੱਥੇ ਜਾ ਕੇ ਤੁਹਾਨੂੰ ਪਤਾ ਮੁਰਦਾਬਾਦ ਨਾਰੇ ਲੱਗਣੇ ਸੀ, ਲੋਕਾਂ ਨੇ ਗਲਤ ਪ੍ਰਭਾਵ ਜਾਣਾ ਸੀ ਕਿ ਸ਼ਾਇਦ ਡਾਕਟਰ ਸਾਹਿਬ ਦੇ ਹਸਪਤਾਲ ਵਿੱਚ ਕੋਈ ਗੱਲ ਹੋ ਗਈ, ਲੋਕਾਂ ਨੂੰ ਇਹਨਾਂ ਦਾ ਪਤਾ ਵੀ ਕਿਹੜੀ ਲੜਾਈ ਲੜਨ ਆਏ ਆ। ਇਸ ਕਰਕੇ ਅਸੀਂ ਕਦੇ ਵੀ ਜੇਕਰ ਜਥੇਬੰਦੀ ਵੱਲੋਂ ਇਹ ਜਿਹੜਾ ਪ੍ਰੋਗਰਾਮ ਹੋਊਗਾ, ਅਸੀਂ ਜਿੱਥੇ ਤੁਹਾਡਾ ਦਫ਼ਤਰ ਹੋਊਗਾ, ਜਿੱਥੇ ਸਾਡੀ ਮੰਗ ਜਾਣੀ ਹੈ,
ਉੱਥੇ ਅਸੀਂ ਲੜਾਈ ਲੜਾਂਗੇ, ਨਾ ਕਿ ਅਸੀਂ ਨਿੱਜੀ ਤੌਰ ਤੇ ਤੁਹਾਡੇ ਘਰ ਆ ਕੇ ਲੜਾਈ ਲੜਾਂਗੇ ਜਾਂ ਅਸੀਂ ਹੋਸਪਿਟਲ। ਇੱਕ ਭਰਾਤਰੀ ਤੌਰ ਤੇ, ਇੱਕ ਯਾਰ ਦੋਸਤ ਤੌਰ ਤੇ, ਇੱਕ ਰਿਸ਼ਤੇਦਾਰੀ ਤੌਰ ਤੇ ਜਾਂ ਸਾਡੇ ਵਿਧਾਇਕ ਤੌਰ ਤੇ ਤੁਹਾਨੂੰ ਅਸੀਂ ਹੋਸਪਿਟਲ ਮਿਲਣ ਆ ਸਕਦੇ ਹਾਂ, ਪਰ ਉੱਥੇ ਅਸੀਂ ਜਥੇਬੰਦੀ ਤੌਰ ਤੇ ਨਾਅਰੇਬਾਜ਼ੀ ਕਰਨੀ ਆ ਸਕਦੇ। ਇਹ ਸੀ ਸਾਡਾ ਮਕਸਦ। ਐਕਚੁਲੀ ਨਾ ਇਹ 12 ਵਜੇ ਦਾ ਮੈਂ ਹੁਣੇ ਪੁੱਛਿਆ ਸੀ, ਮੈਂ ਤੁਹਾਨੂੰ ਟਾਈਮ ਕਿਹਨੇ ਦਿੱਤਾ? ਇਹ ਕਹਿੰਦੇ ਵੀ ਤੁਹਾਨੂੰ ਟਾਈਮ ਦਿੱਤਾ ਟੰਡਾ ਜੀ ਨੇ। ਮੈਂ ਟੰਡਾ ਜੀ ਨੇ ਵੀ ਟੰਡਾ ਜੀ ਨੂੰ ਪੁੱਛਿਆ ਵੀ ਡਰ ਸੁੱਖੀ ਨਾਲ ਤੁਹਾਡੀ ਗੱਲ ਹੋ ਗਈ? ਮੈਂ ਕਿਹਾ ਮੇਰੀ ਦੇਖੋ ਤੇ ਅਸੀਂ ਆਸ ਵੀ ਕਰਦੇ ਹਾਂ ਕਿ ਜਿਸ ਤਰ੍ਹਾਂ ਸਾਡੀ ਪਹਿਲਾਂ ਇਹ ਮੰਗ ਤੁਸੀਂ ਵਿਧਾਨ ਸਭਾ ਵਿੱਚ ਰੱਖਦੇ ਰਹੇ, ਹੁਣ ਵੀ ਜ਼ਰੂਰ ਇੱਕ ਵਾਰੀ ਫੇਰ ਰੱਖੋਗੇ। ਸੋ ਇਸ ਆਸ ਨਾਲ ਅਸੀਂ ਤੁਹਾਨੂੰ ਇੱਕ ਦੁਬਾਰਾ ਫੇਰ ਮੰਗ ਪੱਤਰ ਸੌਂਪਣ ਜਾ ਰਿਹਾ। ਮੈਂ ਆਪਣੇ ਸਾਰੇ ਸਾਥੀ ਨੂੰ ਬੇਨਤੀ ਕਰਦਾ ਕਿ ਇੱਧਰ ਆ ਜਾਓ, ਆਪਾਂ MLA ਸਾਹਿਬ ਨੂੰ ਮੰਗ ਪੱਤਰ ਦੇਈਏ। ਸਨੈਪ ਕਰ ਲਈਏ ਦੋ।